ਗੁਰਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲ ਤਰੋਂ ਤਹਰਾ ਪਰ ਪੁਨ ਪੁਨ ਸੀਸ ਪੁਨ ਪੁਨ ਸੀਸ ਬੰਦੋ ਬਾਰ ਬਾਰ ਜਗਦੀਸ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੁ ਤੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਪੈੜਾ ਪੁਨ ਦੁਰਗਾ ਆਇਓ ਸ੍ਰੀ ਅਰਜਨ ਕੋ ਸੀਸ ਨਿਵਾਇਓ ਇੱਕ ਪੈੜਾ ਪੁਨ ਦੁਰਗਾ ਆਇਓ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਪ੍ਰਤੱਖ ਸਰੂਪ ਤਖ਼ਤ ਟਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਡੂਰੀ ਵਿਖੇ, ਗੁਰਦੁਆਰਾ ਸ੍ਰੀ ਹੋਲਗੜ੍ਹ ਨਗਰ ਖਡਾਲਾ ਵਿਖੇ ਇਸ ਪਾਵਨ ਪਵਿੱਤਰ ਅਸਥਾਨ ਉੱਤੇ 6 ਜੂਨ 1984 ਦੇ ਘੱਲੂਘਾਰੇ ਦੇ ਉਹ ਮਹਾਨ ਸ਼ਹੀਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਥਾ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਰਨਲ ਸਰਦਾਰ ਸੁਬੇਗ ਸਿੰਘ ਜੀ, ਸ਼ਹੀਦ ਬਾਬਾ ਠਾਰਾ ਸਿੰਘ ਜੀ ਸਮੇਤ ਅਣਗਿਣਤ ਸਿੰਘ ਸਿੰਘਣੀਆਂ, ਪਟੰਗੀਆਂ, ਬਜ਼ੁਰਗਾਂ, ਮਾਤਾਵਾਂ ਦੇ ਜਿਨ੍ਹਾਂ ਨੇ ਧੰਨ ਸਤਿਗੁਰੂ ਮੇਰੇ ਸਤਿਗੁਰੂ ਕਿਰਪਾਲੂ ਸਤਿਗੁਰੂ ਦਿਆਲੂ ਸਤਿਗੁਰੂ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਰੱਖਿਆ ਵਾਸਤੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪਾਵਨ ਰੱਖਿਆ ਵਾਸਤੇ, ਖਾਲਸਾ ਪੰਥ ਦੀ ਆਨ ਅਤੇ ਸ਼ਾਨ ਦੀ ਖਾਤਰ ਸਮੇਂ ਦੀ ਜ਼ਾਲਮ ਹਕੂਮਤ ਦੀਆਂ ਜ਼ਾਲਮ ਫੌਜਾਂ ਦੇ ਨਾਲ ਜੂਝਦਿਆਂ ਹੋਇਆਂ ਮਹਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਸ਼ਹੀਦੀ ਸਮਾਗਮਾਂ ਦੀ ਲੜੀ ਚੱਲ ਰਹੀ ਹੈ, ਅੱਜ ਆਪਣੇ ਇਸ ਇਲਾਕੇ ਦੀ ਲੜੀ ਇਸ ਅਸਥਾਨ ਤੋਂ ਪ੍ਰਾਰੰਭ ਹੋ ਰਹੀ ਹੈ, ਜੋ 6 ਜੂਨ ਤੱਕ ਨਿਰੰਤਰ ਸ਼ਹੀਦੀ ਸਮਾਗਮਾਂ ਦੇ ਪ੍ਰਵਾਹ ਚੱਲਣੇ ਹਨ। ਆਪ ਜੀ ਨੇ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਪਟੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਬਹੁਤ ਹੀ ਰਸ ਭਿੰਨੇ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਸੰਗਤ ਜੀ, ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਹੁਤ ਹੀ ਰਸਦਾਇਕ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਚੱਲ ਰਹੇ ਹਨ। ਇਹ ਉਹ ਮਹਾਨ ਕਥਾ ਹੈ ਜਿਸ ਕਥਾ ਵਿੱਚ ਗੁਰਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਹਾਜ਼ਰੀਆਂ ਭਰੀਆਂ, ਸਤਿਗੁਰਾਂ ਦੇ ਚਰਨਾਂ ਵਿੱਚ ਆਪਣੇ ਦੁੱਖਾਂ ਨੂੰ ਮਿਟਾਉਣ ਵਾਸਤੇ, ਕਲਿਆਣ ਦੀ ਪ੍ਰਾਪਤੀ ਵਾਸਤੇ ਉਪਦੇਸ਼ ਦੀ ਦਾਤ ਆਪ ਬੇਨਤੀ ਕਰਕੇ ਲੈਣੀ। ਇੱਕ ਉਪਦੇਸ਼ ਹੁੰਦਾ ਸਰਬੱਤਰ ਸੰਗਤਾਂ ਲਈ, ਮਨੁੱਖਤਾ ਲਈ, ਲੋਕਾਈ ਲਈ ਸਾਂਝਾ ਉਪਦੇਸ਼ ਬਖਸ਼ਿਸ਼ ਕਰਨਾ। ਜਿਵੇਂ ਸਤਿਗੁਰੂ ਜੀ ਨੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝਾ ਉਪਦੇਸ਼ ਦਿੱਤਾ ਹੈ, ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ, ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇੱਕ ਉਪਦੇਸ਼ ਹੁੰਦਾ ਹੈ ਜੋ ਵਿਸ਼ੇਸ਼ ਕਰਕੇ ਆਪ ਬੇਨਤੀ ਕਰਨੀ, ਮਹਾਰਾਜ ਮੇਰੀ ਕਲਿਆਣ ਲਈ, ਮੇਰੇ ਭਲੇ ਲਈ ਮੈਨੂੰ ਕੀ ਉਪਦੇਸ਼ ਹੈ,
ਮੈਂ ਕਿਸ ਤਰ੍ਹਾਂ ਦਾ ਭਿਖਾਰੀ ਤੁਹਾਨੂੰ ਲੱਗਦਾ ਹਾਂ, ਕਿਸ ਤਰ੍ਹਾਂ ਦਾ ਉਪਦੇਸ਼ ਕਮਾਉਣ ਨਾਲ ਮੇਰੀ ਨਿੱਜੀ ਕਲਿਆਣ ਹੋ ਸਕਦੀ ਹੈ, ਮੇਰਾ ਕਿਵੇਂ ਭਲਾ ਹੋ ਸਕਦਾ ਹੈ। ਉਹ ਉਪਦੇਸ਼ ਵੀ ਵਿਸ਼ੇਸ਼ ਰੂਪ ਦੇ ਵਿੱਚ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਖਸ਼ਿਸ਼ ਕੀਤੇ। ਜੈਸੇ ਜੈਸੇ ਕੋਈ ਅਧਿਕਾਰੀ ਆਏ, ਜੈਸਾ ਜੈਸਾ ਕੋਈ ਯੋਗ ਸੀ, ਸਾਧ ਸੰਗਤ ਜੀ, ਹਰ ਪ੍ਰਾਣੀ ਦਾ ਆਪੋ ਆਪਣਾ ਅਧਿਕਾਰ ਹੁੰਦਾ, ਹਰ ਪ੍ਰਾਣੀ ਦੀ ਆਪੋ ਆਪਣੀ ਬੁੱਧੀ ਹੁੰਦੀ ਹੈ, ਹਰ ਪ੍ਰਾਣੀ ਦਾ ਆਪੋ ਆਪਣਾ ਕਿਰਿਆ ਕਰਮ ਹੁੰਦਾ ਹੈ। ਇਸ ਲਈ ਜਿਵੇਂ ਹਰ ਬਰਤਨ ਜਿੰਨੇ ਵੀ ਹੁੰਦੇ ਹੈ ਉਹਨਾਂ ਵਿੱਚ ਇੱਕੋ ਜਿਹੀਆਂ ਵਸਤੂਆਂ ਨਹੀਂ ਪਾਈਆਂ ਜਾਂਦੀਆਂ, ਬਰਤਨਾਂ ਦੇ ਆਕਾਰ, ਬਰਤਨਾਂ ਦੀ ਸਮਰੱਥਾ ਅਨੁਸਾਰ ਜਾਂ ਲੋੜ ਅਨੁਸਾਰ ਜਿਸ ਜਿਸ ਬਰਤਨ ਵਿੱਚ ਜਿਹੜੀ ਜਿਹੜੀ ਵਸਤੂ ਪੈਣ ਦੇ ਯੋਗ ਹੈ ਉਹੀ ਵਸਤੂ ਉਹਨਾਂ ਬਰਤਨਾਂ ਵਿੱਚ ਰੱਖੀ ਜਾਂਦੀ ਹੈ। ਇਸੇ ਤਰ੍ਹਾਂ ਜੈਸੇ ਜੈਸੇ ਕੋਈ ਗੁਰਸਿੱਖ ਅਧਿਕਾਰੀ ਹੁੰਦੇ ਹੈ, ਜਿੰਨੀ ਜਿੰਨੀ ਕਿਸੇ ਦੀ ਭਾਵਨਾ ਹੁੰਦੀ ਹੈ, ਕਮਾਈ ਹੁੰਦੀ ਹੈ ਜਾਂ ਪਿਛਲੇ ਜਨਮਾਂ ਤੋਂ ਕਮਾਈਆਂ ਕਰਦੇ ਆ ਰਹੇ ਹਨ, ਜਿਨ੍ਹਾਂ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ, ਉਹ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨਾਂ ਦੇ ਉਸ ਜੀਵਨ ਵਿੱਚ ਵੈਸਾ ਉਪਦੇਸ਼ ਦੇ ਕੇ ਉਹਨਾਂ ਦੀ ਸਤਿਗੁਰੂ ਨੇ ਮੁਕਤੀ ਕਰ ਦਿੱਤੀ, ਉਹਨਾਂ ਦਾ ਭਲਾ ਕਰ ਦਿੱਤਾ, ਕਲਿਆਣ ਕਰ ਦਿੱਤੀ। ਇਹ ਜਿਹੜੇ ਗੁਰਸਿੱਖਾਂ ਦੇ ਪ੍ਰਸੰਗ ਹਨ, ਇਹਨਾਂ ਗੁਰਸਿੱਖਾਂ ਦੇ ਪ੍ਰਸੰਗਾਂ ਦੀ ਕਥਾ ਵਿੱਚ ਜਿਵੇਂ ਜਿਵੇਂ ਸਿੱਖ ਆਏ, ਜਿਹੜੀ ਸੇਵਾ ਕਰਨ ਦੇ ਯੋਗ ਹੈ ਉਹੋ ਜਿਹਾ ਮੇਰੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਔਰ ਇਹ ਉਪਦੇਸ਼ ਕੇਵਲ ਉਹਨਾਂ ਸਿੱਖਾਂ ਲਈ ਨਹੀਂ, ਇਹ ਸਾਡੇ ਲਈ ਵੀ ਹੈ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ। ਇੱਕ ਨੂੰ ਉਪਦੇਸ਼ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸੇ ਨੇ ਕਮਾਉਣਾ, ਉਹ ਦੂਜਿਆਂ ਲਈ ਵੀ ਹੁੰਦਾ ਹੈ। ਜਿਹੜੇ ਉਪਦੇਸ਼ ਨੂੰ ਕਮਾ ਕੇ ਉਹਨਾਂ ਸਿੱਖਾਂ ਨੇ ਸੁੱਖ ਪ੍ਰਾਪਤ ਕੀਤਾ, ਜੇ ਅੱਜ ਅਸੀਂ ਉਸ ਉਪਦੇਸ਼ ਨੂੰ ਆਪਾਂ ਵੀ ਕਮਾਵਾਂਗੇ, ਧਾਰਨ ਕਰਾਂਗੇ, ਤਾਂ ਸਾਡੇ ਉੱਤੇ ਵੀ ਉਹੀ ਬਖਸ਼ਿਸ਼ਾਂ ਹੋਣਗੀਆਂ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਅੱਜ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ, ਔਰ ਸਾਡੇ ਸਨਮੁਖ ਸਾਨੂੰ ਦਰਸ਼ਨ ਬਖਸ਼ਿਸ਼ ਕਰ ਰਹੇ ਹਨ। ਆਪਾਂ ਉਵੇਂ ਗੁਰਸਿੱਖ ਉਹਨਾਂ ਦੇ ਉਸੇ ਰੂਪ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਜੁੜੇ ਹੋਏ ਬੈਠੇ ਹਾਂ, ਤੋ ਇਹੀ ਸਮਝਣਾ ਹੈ ਕਿ ਇਹ ਉਪਦੇਸ਼ ਸਾਡੀ ਕਲਿਆਣ ਵਾਸਤੇ ਵੀ ਹੈ। ਜਿੰਨਾ ਜਿੰਨਾ ਇਸ ਨੂੰ ਸੁਣ ਕੇ ਕਮਾਵਾਂਗੇ, ਧਾਰਨ ਕਰਾਂਗੇ, ਉਨੀਆਂ ਉਨੀਆਂ ਬਖਸ਼ਿਸ਼ਾਂ ਸਾਡੇ ਉੱਤੇ ਵੀ ਹੋਣਗੀਆਂ। ਇਸ ਲਈ ਸੰਗਤ ਜੀ, ਬਹੁਤ ਹੀ ਰਸਦਾਇਕ ਕਥਾ, ਜਿਵੇਂ ਜਿਵੇਂ ਸੁਣੋਗੇ ਤੁਹਾਡੇ ਹਿਰਦੇ ਵਿੱਚ ਪ੍ਰੇਮ ਪੈਦਾ ਹੋਏਗਾ, ਸ਼ਰਧਾ ਪੈਦਾ ਹੋਏਗੀ, ਭਰੋਸਾ ਬਣੇਗਾ, ਹਿਰਦੇ ਵਿੱਚ ਸ਼ਾਂਤੀ ਆਏਗੀ, ਸਤਿਗੁਰੂ ਦੇ ਚਰਨਾਂ ਨਾਲ ਮਨ ਜੁੜ ਜਾਏਗਾ, ਹੌਲਾ ਫੁੱਲ ਐਨ ਹਿਰਦਾ ਹੋ ਜਾਏਗਾ। ਸੋ ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਦੋ ਸਿੱਖ ਆਏ ਹੈ, ਇੱਕ ਭਾਈ ਪੈੜਾ, ਇੱਕ ਭਾਈ ਦੁਰਗਾ। ਇਹ ਦੋ ਸਿੱਖਾਂ ਦੇ ਨਾਮ ਹਨ, ਇਹਨਾਂ ਨੂੰ ਬਹੁਤ ਹੀ ਰਸਦਾਇਕ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ। ਆਪ ਸੁਣੋ ਪ੍ਰੇਮ ਦੇ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇੱਕ ਪੈੜਾ ਪੁੰਨ ਦੁਰਗਾ ਆਇਓ। ਇੱਕ ਭਾਈ ਪੈੜਾ ਜੀ, ਇੱਕ ਭਾਈ ਦੁਰਗਾ ਜੀ, ਇਹ ਦੋ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਦਰਸ਼ਨ ਕਰਨ ਆਏ ਹਨ। ਸ੍ਰੀ ਅਰਜਨ ਕੋ ਸੀਸ ਨਿਵਾਇਓ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਕੇ ਸਿਰ ਧਰਤੀ ਤੇ ਮੱਥਾ ਲਾ ਕੇ ਨਮਸਕਾਰ, ਬੜੇ ਅਦਬ ਸਨਮਾਨ ਨਾਲ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਬੈਠੇ ਸਨਮੁਖ ਅਰਜ ਗੁਜਾਰੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਇਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਆਪਣੀ ਤਰਫ ਤੋਂ, ਕਰੋ ਪ੍ਰਭੂ ਕਲਿਆਣ ਹਮਾਰੀ। ਹੇ ਪ੍ਰਭੂ ਸਤਿਗੁਰੂ ਜੀ, ਸਾਡੀ ਵੀ ਕਲਿਆਣ ਕਰੋ, ਸਾਡੀ ਵੀ ਮੁਕਤੀ ਕਰੋ, ਸਾਨੂੰ ਵੀ ਕਲਿਆਣ ਸੁਖ ਬਖਸ਼ਿਸ਼ ਕਰਨਾ ਕਰੋ। ਸਿੱਖ ਹਜ਼ਾਰੋਂ ਸੇਵ ਕਮਾਈ। ਹਜ਼ਾਰਾਂ ਸਿੱਖਾਂ ਨੇ ਸੇਵਾ ਦੀ ਕਮਾਈ ਕਰ ਕਰਕੇ ਤੁਹਾਡੇ ਬਚਨਾਂ ਨੂੰ ਮੰਨ ਕੇ ਜੋ ਤੁਸੀਂ ਆਗਿਆ ਕੀਤੀ ਉਸ ਨੂੰ ਧਾਰਨ ਕਰਕੇ ਹਮਨੇ ਸੁਣੀ ਪਰਮ ਗਤ ਪਾਈ। ਅਸੀਂ ਸੁਣਿਆ ਕਿ ਉਹਨਾਂ ਨੇ ਪਰਮ ਗਤੀ ਪ੍ਰਾਪਤ ਕੀਤੀ ਹੈ, ਬਾਬ ਉਹਨਾਂ ਦੇ ਦੁੱਖਾਂ ਦਾ ਛੁਟਕਾਰਾ ਹੋਇਆ, ਉਹਨਾਂ ਨੂੰ ਲੋਕ ਪ੍ਰਲੋਕ ਦੇ ਸਾਰੇ ਸੁੱਖ ਮਿਲੇ ਔਰ ਪਰਮ ਗਤੀ ਮੁਕਤੀ ਦਾ ਦਾਨ ਆਪ ਜੀ ਦੇ ਦਰੋਂ ਪ੍ਰਾਪਤ ਹੋਇਆ ਹੈ। ਜਿਸ ਵਿਦ ਹਮਰੇ ਮਿਟਹਿ ਕਲੇਸ਼। ਜਿਸ ਦਿਨਾਂ ਮਹਾਰਾਜ ਸਾਡੇ ਦੁੱਖ ਵੀ ਮਿਟ ਜਾਣ, ਪਾਪਾਂ ਦਾ ਵੀ ਨਾਸ਼ ਹੋ ਜਾਵੇ। ਸ੍ਰੀ ਮੁਕਤੇ ਕੀ ਜਹਿ ਉਪਦੇਸ਼। ਆਪਣੇ ਪਾਵਨ ਪਵਿੱਤਰ ਮੁਖਾਰ ਦਿਨ ਤੋਂ ਐਸਾ ਉਪਦੇਸ਼ ਸਾਨੂੰ ਦੇਣਾ ਕਰੋ ਆਪ। ਹੋਰ ਸ਼ਰਧਾ ਤਿਨਕੇ ਡਿੱਡ ਜਾਨੀ। ਸਤਿਗੁਰੂ ਜੀ ਨੇ ਵੇਖਿਆ ਕਿ ਇਹਨਾਂ ਦੀ ਜਿਹੜੀ ਸ਼ਰਧਾ ਨਾ ਉਹ ਸਾਡੇ ਵਰਗੀ ਸ਼ਰਧਾ ਨਹੀਂ, ਕਦੇ ਬਣ ਗਈ ਕਦੇ ਡੋਲ ਗਈ, ਕਦੇ ਤਾਂ ਸਾਡੇ ਹਿਰਦੇ ਵਿੱਚ ਬਹੁਤ ਸ਼ਰਧਾ ਬਣ ਜਾਂਦੀ ਹੈ, ਕਦੇ ਸਾਡਾ ਹਿਰਦਾ ਸ਼ਰਧਾ ਤੋਂ ਬਿਲਕੁਲ ਖਾਲੀ ਅਤੇ ਕੋਰਾ ਹੋ ਜਾਂਦਾ, ਇੱਕ ਰਾਤ ਸ਼ਰਧਾ ਨਹੀਂ ਰਹਿੰਦੀ। ਸ਼ਰਧਾ ਪ੍ਰਪੱਕ ਕਰਨ ਵਾਸਤੇ ਸਾਧ ਸੰਗਤ ਦੀ ਸੇਵਾ ਕਰੀਦੀ ਹੈ, ਸ਼ਰਧਾ ਪ੍ਰਪੱਕ ਕਰਨ ਵਾਸਤੇ ਸਤਸੰਗਤ ਬੜੀ ਜ਼ਰੂਰੀ ਹੈ, ਸ਼ਰਧਾ ਪ੍ਰਪੱਕ ਕਰਨ ਵਾਸਤੇ ਸਾਧਨ ਕਰਨਾ ਪੈਂਦਾ ਹੈ, ਤਾਂ ਕਿਤੇ ਜਾ ਕੇ ਅਡੋਲ ਸ਼ਰਧਾ ਬਣਦੀ ਹੈ। ਜਿਹਦੇ ਹਿਰਦੇ ਵਿੱਚ ਜਾ ਕੇ ਇਹਦਾ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਗੱਲ ਜਿੰਨੀ ਵੀ ਆਪਾਂ ਸੇਵਾ ਸੰਗਤ ਸਿਮਰਨ ਕਰਦੇ ਹਾਂ ਨਾ, ਇਹ ਇਸੇ ਲਈ ਕਰੀਦਾ ਕਿ ਸਾਡੀ ਸ਼ਰਧਾ ਐਨ ਪੱਕੀ ਬਣ ਜਾਏ, ਕਦੇ ਮਨ ਡੋਲੇ ਨਾ, ਗੁਰੂ ਤੋਂ ਬੇਮੁਖ ਨਾ ਮਨ ਹੋ ਜਾਏ। ਜਿੱਦਣ ਸ਼ਰਧਾ ਪੂਰੀ 100 ਡਿਗਰੀ 'ਤੇ ਚਲੀ ਗਈ, ਆਪਣੇ ਮੁਕਾਮ 'ਤੇ ਚਲੀ ਗਈ, ਉਸੇ ਦਿਨ ਹੀ ਸਾਧ ਸੰਗਤ ਜੀ ਜੋ ਚਾਹੁੰਦੇ ਆ ਉਹੀ ਪ੍ਰਾਪਤ ਹੋ ਜਾਏਗਾ ਸਤਿਗੁਰੂ ਦੇ ਦਰ ਤੋਂ, ਉਦਣ ਗੱਲ ਬਣ ਜਾਏਗੀ। ਜਿੰਨਾ ਚਿਰ ਅਧੂਰੀ ਸ਼ਰਧਾ ਮਨ ਡੋਲਦਾ, ਜਿਵੇਂ ਥਾਲੀ ਵਿੱਚ ਪਾਣੀ ਡੋਲਦਾ ਪਾਇਆ ਹੋਇਆ, ਉਹਨਾਂ ਚਿਰ ਫਿਰ ਗੱਲ ਨਹੀਂ ਬਣਦੀ। ਇਸ ਕਰਕੇ ਇਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਨੇ ਵੇਖਿਆ ਕਿ ਸ਼ਰਧਾ ਬੜੀ ਪੱਕੀ ਹੈ, ਡੋਲਣ ਵਾਲੇ ਨੇ, ਕਦੇ ਘਬਰਾਉਣ ਵਾਲੇ ਨੇ, ਗੁਰੂ ਦਾ ਲੜ ਨਹੀਂ ਛੱਡਣ ਵਾਲੇ ਹਨ। ਇਹਨਾਂ ਦੇ ਹਿਰਦੀ ਸ਼ਰਧਾ ਨੂੰ ਪੱਕੀ ਜਾਣਿਆ ਸਤਿਗੁਰੂ ਜੀ ਨੇ। ਸਤਿਗੁਰ ਗਤ ਦਾ ਕਿਰਾ ਬਖਾਨੀ। ਇਹਨਾਂ ਦੀ ਕਲਿਆਣ ਵਾਸਤੇ, ਇਹਨਾਂ ਨੂੰ ਸੁੱਖ ਦੇਣ ਵਾਸਤੇ, ਇਹਨਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਜੀ ਨੇ ਬੜੇ ਸੁੰਦਰ ਬਚਨ ਆਪਣੇ ਮੁਖਾਰ ਬਿੰਦ ਤੋਂ ਕਰਨਾ ਕੀਤੇ। ਪੂਰਬ ਜਨਮ ਦਾਨ ਜਨ ਕੀਨੇ। ਮਹਾਰਾਜ ਕੀ ਦੱਸ ਰਹੇ ਹੈ, ਇਹਨਾਂ ਗੁਰਸਿੱਖਾਂ ਨੂੰ ਦੱਸ ਰਹੇ ਹੈ
ਕਿ ਜਿਨ੍ਹਾਂ ਨੇ ਭਾਈ ਪਿਛਲੇ ਜਨਮ ਵਿੱਚ ਬਹੁਤ ਆਪਣੀ ਕਮਾਈ ਵਿੱਚੋਂ ਦਾਨ ਕੀਤਾ ਹੁੰਦਾ ਹੈ, ਤਨ ਧਰ ਤਿਨਹੁ ਪਦਾਰਥ ਲੀਨੇ, ਉਹਨਾਂ ਨੂੰ ਦੁਬਾਰਾ ਇਸ ਮਾਤ ਲੋਕ ਤੇ ਆ ਕੇ ਮਨੁੱਖਾ ਜਨਮ ਮਿਲਦਾ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਜ਼ਿੰਦਗੀ ਦੇ ਵਿੱਚ ਜੇ ਦਾਨ ਪੁੰਨੀ ਨਹੀਂ ਕੀਤਾ ਤਾਂ ਅੱਗੇ ਕੀ ਮਿਲੇਗਾ? ਕੱਖ ਵੀ ਨਹੀਂ ਮਿਲਣਾ, ਖਾਲੀ ਰਹਿ ਜਾਵਾਂਗੇ। ਇਹ ਮਨੁੱਖਾ ਜੀਵਨ ਮਿਲਿਆ, ਇਹਦੇ ਵਿੱਚ ਜਿੰਨੇ ਪੁੰਨ ਕੋਈ ਕਮਾ ਲਵੇ ਉਨਾ ਹੀ ਸਾਧ ਸੰਗਤ ਜੀ ਉਸ ਦਾ ਪ੍ਰਲੋਕ ਦਾ ਮਾਰਗ, ਅਗਲਾ ਜੀਵਨ ਸੁਖੀ ਹੋ ਜਾਂਦਾ। ਔਰ ਜਿੰਨੀ ਜਿੰਨੀ ਸਮਰੱਥਾ ਕਰੋ, ਜ਼ਰੂਰ ਕਰੋ, ਕਰਨਾ ਚਾਹੀਦਾ ਆਪਾਂ ਨੂੰ, ਕਿਉਂਕਿ ਜੇ ਆਪ ਹੀ ਕਮਾਇਆ ਆਪ ਹੀ ਖਾ ਲਿਆ ਫਿਰ ਸਾਡੇ ਨਾਲੋਂ ਵੱਡਾ ਮਤਲਬ ਹੀ ਤਾਂ ਕੋਈ ਨਹੀਂ ਨਾ। ਗੁਰਸਿੱਖ ਦਾ ਜੀਵਨ ਪਰਉਪਕਾਰੀ ਹੈ, ਭਲਾ ਕਰਦਾ ਭਲਾ ਲੋਚਦਾ। ਆਪ ਵੀ ਛਕੋ, ਗੁਰਸਿੱਖਾਂ ਨੂੰ ਵੀ ਛਕਾਓ, ਆਪ ਵੀ ਸੁੱਖ ਪ੍ਰਾਪਤ ਕਰੋ, ਗੁਰਸਿੱਖਾਂ ਨੂੰ ਸੰਗਤਾਂ ਨੂੰ ਸਾਰੇ ਸੁੱਖ ਦੇਣਾ ਕਰੋ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਦਾਨ ਕਰਨ ਦਾ ਪਿਛਲੇ ਜਨਮਾਂ ਵਿੱਚ ਜਿਹੜੇ ਉਹਨਾਂ ਨੇ ਪੁੰਨ ਕਰਮ ਕੀਤੇ, ਚੰਗੇ ਕਰਮ ਕੀਤੇ, ਨੇਕ ਕਰਮ ਕੀਤੇ, ਦਾਨ ਕੀਤਾ ਹੈ ਧਰਮ ਦੀ ਕਿਰਤ ਵਿੱਚੋਂ, ਉਹਨਾਂ ਨੂੰ ਫਿਰ ਇਸ ਮਾਤ ਲੋਕ 'ਤੇ ਆ ਕੇ ਮਨੁੱਖਾ ਜਨਮ ਮਿਲਦਾ ਹੈ। ਔਰ ਉਹਨਾਂ ਨੂੰ ਬੜੇ ਸੰਸਾਰ ਦੇ ਸਾਰੇ ਸੁੱਖ ਭੋਗਣ ਵਾਸਤੇ ਪਦਾਰਥ ਰੱਬ ਦਿੰਦਾ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਫਲਾਨਾ ਬੰਦਾ ਤਾਂ ਬੜਾ ਸੁਖੀ ਹੈ, ਭਾਈ ਉਹਨਾਂ ਨੇ ਪਿਛਲੇ ਜਨਮ 'ਚ ਲੋਕਾਂ ਨੂੰ ਸੁੱਖ ਦਿੱਤਾ, ਫਿਰ ਉਹ ਇੱਥੇ ਸੁੱਖ ਭੋਗਦੇ ਆ। ਇਸ ਕਰਕੇ ਇਸਲਾਮ ਧਰਮ ਦਾ ਨਿਯਮ ਹੈ ਦਹਿ ਦੁਨੀਆ ਸੱਤਰ ਆਖਰ, ਉਹ ਕਹਿੰਦੇ ਹੈ ਜਿਹੜਾ ਕੋਈ ਦਸ ਗੁਣਾ ਇਸ ਜੀਵਨ ਵਿੱਚ ਦਾਨ ਕਰਦਾ ਉਹਨੂੰ ਸੱਤਰ ਗੁਣਾ ਹੋ ਕੇ ਮਿਲਦਾ ਅਗਲੇ ਜਨਮ ਦੇ ਵਿੱਚ। ਔਰ ਇਸੇ ਤਰ੍ਹਾਂ ਈਸਾਈ ਧਰਮ ਵਾਲੇ ਹੈ, ਉਹ ਕਹਿੰਦੇ 20% ਆਪਣੀ ਨੇਕ ਕਮਾਈ ਵਿੱਚੋਂ ਦਾਨ ਕਰੋਗੇ ਤਾਂ 90% 80% ਤੁਹਾਨੂੰ ਉਹਦਾ ਪੁੰਨ ਮਿਲੇਗਾ। ਮਹਾਰਾਜ ਨੇ ਵੇਖਿਆ ਸਾਡੇ ਸਿੱਖ ਮਾਤ ਲੋਕ ਦੇ ਵਿੱਚ, ਮਹਾਰਾਜ ਨੇ ਇੰਨਾ ਕਿਰਪਾ ਕਰਤੀ, ਤੁਸੀਂ 10 ਗੁਣਾ ਹੀ ਦਾਨ ਕਰ ਲਓ ਆਪਣੀ ਕਮਾਈ ਵਿੱਚੋਂ ਦਸਵੰਧ, ਤੁਹਾਨੂੰ 1000 ਗੁਣਾ ਹੀ ਉਸ ਦਾ ਫਲ ਮਿਲੇਗਾ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਭਾਈ ਅਗਲੇ ਜਨਮ ਵਿੱਚ ਬਹੁਤ ਪਦਾਰਥ ਮਿਲਦੇ ਆ ਸੰਸਾਰ ਦੇ ਸੁੱਖ ਭੋਗਣ ਵਾਸਤੇ। ਦੇਹ ਅਰੋਗ ਸੁਸ਼ੀਲਾ ਨਾਰੀ, ਪੁੰਨੀ ਬੰਦੇ ਦੀ ਦੇਹ ਜਿਹੜੀ ਅਰੋਗ ਹੁੰਦੀ ਆ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ, ਐਨ ਤੰਦਰੁਸਤ ਦੇਹ ਰਹੇਗੀ ਉਹਦੀ। ਦੂਜਾ ਉਹਦੇ ਘਰ ਵਾਲੀ ਬੜੇ ਸੀਲ ਸੁਭਾਅ ਵਾਲੀ, ਆਗਿਆਕਾਰੀ, ਪਤੀਵਰਤਾ ਜੀਵਨ ਵਾਲੀ। ਮਹਾਤਮਾ ਬੜੇ ਸੀਲ ਸੁਭਾਅ ਵਾਲੀ ਉਸ ਨੂੰ ਇਸਤਰੀ ਪ੍ਰਾਪਤ ਹੋਵੇਗੀ। ਪੁੱਤਰ ਉਪੰਨੈ ਆਏ ਸਕਾਰੀ, ਫਿਰ ਉਹਦੇ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਏਗਾ ਉਹ ਮਾਂ ਬਾਪ ਦੀ ਆਗਿਆ ਮੰਨੇਗਾ। ਤੀਜਾ ਫਲ ਇਹ ਮਿਲਦਾ, ਮਾਂ ਬਾਪ ਪੁੱਤ ਨੂੰ ਕੁਛ ਕਹਿਣ, ਪੁੱਤ ਦੂਜੇ ਪਾਸੇ ਨੂੰ ਤੁਰਿਆ ਜਾਂਦਾ। ਅੱਜ ਤਾਂ ਹੈ ਹੀ ਬੁਰੀ ਹਾਲਤ ਹੈ, ਮਾਂ ਬਾਪ ਦਾ ਪੁੱਤਰ ਬਹੁਤ ਵਿਰਲੇ ਹੀ ਹੈ, ਸਤਿਕਾਰ ਕਰਦੇ ਆ, ਸੇਵਾ ਕਰਦੇ ਆ। ਕਹਿੰਦੇ ਉਹਨਾਂ ਘਰਾਂ ਦੇ ਵਿੱਚ ਜਿਹੜੇ ਪੁੱਤਰ ਜਨਮ ਲੈਂਦੇ ਉਹ ਮਾਂ ਬਾਪ ਦੇ ਆਗਿਆਕਾਰੀ ਹੁੰਦੇ ਆ, ਮਾਂ ਬਾਪ ਦੀ ਆਗਿਆ ਮੰਨਣੀ, ਹੁਕਮ ਮੰਨਣਾ, ਸਿਰ ਮੱਥੇ ਮੰਨਣਾ। ਇਸ ਕਰਕੇ ਉਹਨਾਂ ਦੇ ਘਰ ਵਿੱਚ ਪੁੱਤਰ ਜਿਹੜਾ ਆਗਿਆਕਾਰੀ ਪੈਦਾ ਹੁੰਦਾ ਹੈ। ਬਸ ਮਹਿਖੀ ਧੇਨ ਸਮੁਦਾਏ, ਉਹਨਾਂ ਘਰਾਂ ਦੇ ਵਿੱਚ ਪਸ਼ੂ, ਮਹਿਖੀ ਮੱਝਾਂ, ਧੇਨੂੰ ਗਾਵਾਂ,
ਇਹ ਦੁੱਧ ਦੇਣ ਵਾਲੇ ਬਹੁਤ ਪਸ਼ੂ ਉਹਨਾਂ ਦੇ ਘਰ ਵਿੱਚ ਹੁੰਦੇ ਆ। ਦਰਬ ਅੰਨ ਸਭ ਸੁੱਖ ਜੁੱਤ ਪਾਏ, ਉਹਨਾਂ ਦੇ ਘਰ ਵਿੱਚ ਦਰਬ ਧਨ ਅੰਨ ਇਹ ਸਾਰੇ ਸੁੱਖ ਉਹਨਾਂ ਨੂੰ ਆਪਣੇ ਜੀਵਨ ਵਿੱਚ ਮਿਲਦੇ ਆ ਭੋਗਣ ਵਾਸਤੇ। ਕਿਉਂ ਪਦਾਰਥ ਕਿਹਾ ਨਾ, ਪਦਾਰਥਾਂ ਦੀ ਵਿਆਖਿਆ ਕਰ ਰਹੇ ਆ ਮਹਾਰਾਜ, ਇਸ ਕਰਕੇ ਇਹ ਪਦਾਰਥ ਉਹਨਾਂ ਨੂੰ ਮਿਲਦੇ ਆ। ਪੂਰਬਲੇ ਪੁੰਨਨ ਕੇਰਾ, ਪਿਛਲੇ ਜਨਮਾਂ ਦਾ ਜਿਹੜਾ ਉਹਨਾਂ ਨੇ ਦਾਨ ਪੁੰਨ ਕੀਤਾ ਉਹਦਾ ਫਲ ਇਸ ਜੀਵਨ ਦੇ ਵਿੱਚ। ਜਨਮ ਧਾਰ ਭੋਗ ਹੈ ਇਸ ਬੇਰਾ, ਮਨੁੱਖਾ ਜਨਮ ਧਾਰ ਕੇ ਇਸ ਸਮੇਂ ਵਿੱਚ ਆ ਕੇ ਉਹਦਾ ਫਲ ਭੋਗਦੇ ਆ। ਪਰਮੇਸ਼ਰ ਐਡਾ ਦਿਆਲੂ ਹੈ ਸੰਗਤ ਜੀ, ਪਤਤ ਪਾਵਨ ਹਰ ਬਿਰਧ ਸਦਾਇਕ ਤਿਲ ਨਹੀਂ ਭੰਨਾ ਘਾਲੇ। ਪਰਮਾਤਮਾ ਕਿਸੇ ਦੀ ਇੱਕ ਤਿਲ ਜਿੰਨੀ ਕਮਾਈ ਵੀ ਖਾਲੀ ਨਹੀਂ ਜਾਣ ਦਿੰਦਾ। ਤਿਲ ਜਿੰਨਾ ਵੀ ਜੇ ਕੋਈ ਦਾਨ ਕਰਦਾ ਉਹਦਾ ਫਲ ਦਿੰਦਾ ਹੀ ਦਿੰਦਾ ਪਰਮੇਸ਼ਰ, ਇਹ ਉਹਦਾ ਨਿਯਮ ਹੈ, ਉਸ ਦੀ ਕੁਦਰਤ ਦਾ। ਉਹ ਕਦੇ ਵੀ ਕਿਸੇ ਦੀ ਕੀਤੀ ਕਮਾਈ ਨੂੰ ਅਜਾਈ ਨਹੀਂ ਜਾਣ ਦਿੰਦਾ। ਔਰ ਉਹਨੂੰ ਪਤਾ ਦੇਣਾ ਕਦੋਂ ਹੈ, ਸਮੇਂ ਅਨੁਸਾਰ ਉਹਦਾ ਫਲ ਵਾਹਿਗੁਰੂ ਇਬਜਾਨੇ ਦੇ ਰੂਪ ਵਿੱਚ ਜ਼ਰੂਰ ਬਰ ਜ਼ਰੂਰ ਦਿੰਦਾ। ਇਸ ਕਰਕੇ ਉਹ ਇਸ ਜਨਮ ਦੇ ਵਿੱਚ ਬਈ ਬੜੇ ਸੁੱਖ, ਇਹ ਸਾਰੇ ਸੁੱਖ ਭੋਗਣ ਵਾਸਤੇ ਉਹਨਾਂ ਨੂੰ ਮਿਲਦੇ ਹਨ। ਜੋ ਨਰ ਗੁਰਮੁਖ ਪਾਏ ਪਦਾਰਥ, ਇਹਨਾਂ ਵਿੱਚੋਂ ਜਿਹੜਾ ਗੁਰਮੁਖ ਮਨੁੱਖ ਹੁੰਦਾ ਨਾ, ਗੁਰਮੁਖ ਪ੍ਰਾਣੀ, ਜੇ ਉਹਨੂੰ ਇਹ ਪਦਾਰਥ ਜੀਵਨ ਵਿੱਚ ਮਿਲ ਜਾਂਦੇ ਆ, ਪ੍ਰਾਪਤ ਹੋ ਜਾਂਦੇ ਆ ਪਿਛਲੇ ਜਨਮਾਂ ਦੇ ਪੁੰਨਾਂ ਕਰਕੇ। ਜਨਮ ਸਹਿਤ ਨਿਜ ਕਰ ਹੈ ਸਕਾਰਥ, ਉਹ ਆਪਣਾ ਜੀਵਨ ਵੀ ਸਫਲਾ ਕਰਦਾ ਇਸ ਜਨਮ ਚ, ਨਹੀਂ ਤਾਂ ਬੰਦੇ ਕੋਲੇ ਬਹੁਤਾ ਧਨ ਪਦਾਰਥ ਆ ਜਾਵੇ ਨਾ ਸੰਗਤ ਜੀ, ਬੰਦਾ ਰੱਬ ਨੂੰ ਭੁੱਲ ਜਾਂਦਾ, ਬੰਦਾ ਐਬਾਂ ਵਿੱਚ ਗਰਕ ਹੋ ਜਾਂਦਾ, ਗੁਨਾਹਾਂ ਵਿੱਚ ਲੱਗ ਜਾਂਦਾ, ਪਾਪ ਕਰਮਾਂ ਵਿੱਚ ਲੱਗ ਜਾਂਦਾ। ਕੋਈ ਵਿਰਲਾ ਧਨੀ ਹੁੰਦਾ ਜਿਹੜਾ ਚੰਗੇ ਕਰਮ ਕਰੇ, ਨਹੀਂ ਤਾਂ ਧਨ ਆ ਜਾਏ ਨਾ ਬੰਦੇ ਕੋਲੇ, ਬੰਦਾ ਕੁਸੰਗਤ ਵਿੱਚ ਜੁੜ ਜਾਂਦਾ ਅਤੇ ਪਾਪ ਕਰਮ ਕਰਨ ਲੱਗ ਜਾਂਦਾ। ਪਰ ਜਿਹੜਾ ਗੁਰਮੁਖ ਹੈ ਨਾ, ਜਿਹਨੇ ਸੰਗਤ ਕੀਤੀ ਹੈ, ਉਹ ਕਹਿੰਦਾ ਮਹਾਰਾਜ ਮੈਨੂੰ ਪਦਾਰਥ ਦਿੱਤਾ ਪਰ ਮੈਂ ਆਪਣਾ ਜੀਵਨ ਸਫਲ ਕਰਨਾ ਇਹ ਮਨੁੱਖਾਂ ਦੇ ਸਤਸੰਗਤ ਦੇ ਵਿੱਚ, ਔਰ ਆਪਣੇ ਜੀਵਨ ਨੂੰ ਵੀ ਸਫਲ ਕਰਦਾ ਔਰ ਮਿਲੇ ਹੋਏ ਪਦਾਰਥ ਨੂੰ ਵੀ ਹੋਰ ਸੇਵਾ ਕਰਕੇ, ਹੋਰ ਦਾਨ ਪੁੰਨ ਕਰਕੇ ਉਸ ਨੂੰ ਸਫਲੀ ਕਰਦਾ ਹੈ। ਜਹ ਸਤ ਸੰਗਤ ਕੋ ਹੋਏ ਮੇਲ, ਜਿੱਥੇ ਸਤਸੰਗਤ ਦਾ ਮੇਲਾ ਜੁੜਦਾ, ਜਿਵੇਂ ਹੁਣ ਤੁਸੀਂ ਬੈਠੇ ਹੋ ਨਾ ਇਹ ਸਾਧ ਸੰਗਤ ਜੀ, ਐਵੇਂ ਨਹੀਂ ਤੁਸੀਂ ਆ ਗਏ, ਇਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਤੁਹਾਡੇ ਉੱਤੇ। ਸਤਸੰਗਤ ਦੇ ਵਿੱਚ ਆਉਣ ਨਾਲ ਬਹੁਤ ਜ਼ਿਆਦਾ ਕਲਯੁੱਗ ਦੇ ਵਿੱਚ ਪੁੰਨ ਵੱਧਦੇ ਆ ਬੰਦੇ ਦੇ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਨਾਲ ਅਤ ਉੱਤਮ ਭਾਗ ਜਾਗਦੇ ਆ ਨਾ ਕਲਯੁੱਗ ਵਿੱਚ, ਜਿਸ ਪ੍ਰਾਣੀ ਦੇ ਉਹ ਸੰਗਤ ਵਿੱਚ ਆ ਕੇ ਐਨ ਇਕਾਗਰ ਹੋ ਕੇ ਬੈਠਦਾ, ਜੁੜਦਾ ਗੁਰੂ ਚਰਨਾਂ ਵਿੱਚ। ਇਸ ਕਰਕੇ ਭਾਈ ਉਹ ਸਤਸੰਗਤ ਦਾ ਜਿੱਥੇ ਮੇਲਾ ਹੁੰਦਾ, ਜਿੱਥੇ ਸੰਗਤ ਜੁੜਦੀ ਹੈ, ਕੀਰਤਨ ਕਥਾ ਹੁੰਦਾ ਹੈ, ਕਥਾ ਕੀਰਤਨ ਕੋ ਰਸ ਝੇਲ, ਜਿੱਥੇ ਕੀਰਤਨ ਔਰ ਕਥਾ ਦਾ ਪ੍ਰਵਾਹ ਚੱਲਦਾ ਹੈ, ਝੇਲ ਨਾਮ ਹੁੰਦਾ ਪ੍ਰਵਾਹ ਦਾ, ਜਿਵੇਂ ਕੀਰਤਨ ਕਥਾ ਦਾ ਪ੍ਰਵਾਹ ਹੁਣ ਚੱਲ ਰਿਹਾ, ਇਸ ਤਰ੍ਹਾਂ ਕੀਰਤਨ ਕਥਾ ਦਾ ਜਿੱਥੇ ਪ੍ਰਵਾਹ ਚੱਲਦਾ ਹੈ। ਦਿਨ ਕਾ ਭੋਜਨ ਚਾਰ ਪ੍ਰਕਾਰਾ, ਉਹ ਸੰਗਤ ਨੂੰ ਉਹ ਮਨੁੱਖ ਫਿਰ ਪਦਾਰਥ ਲਿਆਉਂਦਾ ਆਪਣੇ ਘਰ ਤੋਂ, ਤੇ ਚਾਰ ਤਰ੍ਹਾਂ ਦੇ ਪਦਾਰਥ ਬਣਾ ਕੇ ਸੰਗਤ ਨੂੰ ਲੰਗਰ ਵਿੱਚ ਛਕਾਉਂਦਾ, ਚਾਰ ਤਰ੍ਹਾਂ ਦੇ
ਪਦਾਰਥ ਕਿਹੜੇ ਹਨ? ਭਖ। ਇਸੇ ਹੀ ਤਰ੍ਹਾਂ ਭੋਜ, ਚੋਸਾ ਤੇ ਚੁੱਪੇ। ਭਖ ਹੁੰਦਾ ਚੱਬੇ ਜਾਣ ਵਾਲੇ, ਜਿਵੇਂ ਦਾਣੇ ਆਦਿਕ ਤਲੇ ਹੋਏ ਪਦਾਰਥ। ਇਸੇ ਤਰ੍ਹਾਂ ਭੋਜ ਖਾਧੇ ਜਾਣ ਵਾਲੇ, ਪ੍ਰਸ਼ਾਦਾ ਆਦਿਕ। ਇਸੇ ਹੀ ਤਰ੍ਹਾਂ ਸਾਧ ਸੰਗਤ ਦੀ ਚੋਸਾ ਚੁੱਪੇ ਜਾਣ ਵਾਲੇ, ਲਿਹਜ ਪੀਤੇ ਜਾਣ ਵਾਲੇ, ਚੱਬੇ ਚਿੱਥੇ ਚੂਸੇ ਤੇ ਪੀਤੇ। ਜਿਵੇਂ ਸੰਗਤ ਨੂੰ ਦੁੱਧ ਛਕਾਉਣਾ, ਫਲਾਂ ਦਾ ਰਸ ਕੱਢ ਕੇ ਛਕਾਉਣਾ, ਪ੍ਰਸ਼ਾਦਾ ਪ੍ਰੇਮ ਨਾਲ ਛਕਾਉਣਾ, ਲੰਗਰ ਦੇ ਵਿੱਚ ਚੰਗੇ ਚੰਗੇ ਪਦਾਰਥ ਤਿਆਰ ਕਰਕੇ ਸੰਗਤ ਨੂੰ ਛਕਾਉਣੇ। ਉਹ ਫਿਰ ਆਪਣੀ ਮਾਇਆ ਸਾਧ ਸੰਗਤ ਦੀ, ਜਿੱਥੇ ਸੰਗਤ ਜੁੜਦੀ ਹੈ ਨਾ, ਉੱਥੇ ਲੰਗਰ ਦੇ ਵਿੱਚ ਲਿਆ ਕੇ ਪਦਾਰਥ ਸੰਗਤਾਂ ਨੂੰ ਬਣਾ ਕੇ ਛਕਾਉਂਦਾ ਹੈ। ਸਵਾਦ ਸਨਿਗਧ ਮਧੁਰ ਰਸ ਵਾਰਾ। ਔਰ ਪ੍ਰਸ਼ਾਦਾ ਜਿਹੜਾ ਬਣਾਉਂਦਾ ਬੜਾ ਸਵਾਦ, ਜਿਹੜਾ ਰਸਦਾਇਕ, ਸੰਗਤ ਨੂੰ ਛੱਕ ਕੇ ਆਨੰਦ ਆਵੇ। ਔਰ ਸਨਿਗਧ ਘਿਓ ਆਦਿਕ ਪਾ ਕੇ ਰੁੱਖਾ ਨੀ, ਫਿਰ ਮਧੁਰ ਮਿੱਠਾ ਔਰ ਰਸ ਵਾਲਾ ਬਹੁਤ ਰਸ ਜਿਹਦੇ ਵਿੱਚ ਹੋਵੇ। ਇਸ ਤਰ੍ਹਾਂ ਉਹ ਭਾਈ ਸਾਰੇ ਤਰ੍ਹਾਂ ਦੇ ਪਦਾਰਥ ਬਣਾਉਂਦੇ ਹਨ। ਪੰਗਤ ਮੈਂ ਕਰ ਸੋ ਵਰਤਾਏ। ਫਿਰ ਆਪਣੇ ਹੱਥਾਂ ਨਾਲ ਸੰਗਤ ਦੀ ਪੰਗਤ ਵਿੱਚ ਸੰਗਤ ਨੂੰ ਬਿਠਾ ਕੇ ਲੰਗਰ ਵਰਤਾਉਂਦੇ। ਇਹ ਨਹੀਂ ਕਿ ਬਣਾ ਲਿਆ ਨੌਕਰਾਂ ਨੇ ਤੇ ਨੌਕਰਾਂ ਨੇ ਖਵਾ ਤਾ ਮਾਇਆ ਦੇ ਧਨੀ ਕੋਲੋਂ ਰਸਤ ਲੈ ਕੇ। ਨਹੀਂ, ਉਹ ਗੁਰਮੁਖ ਜਿਹੜੇ ਹੁੰਦੇ ਆ ਭਾਈ, ਉਹ ਪਦਾਰਥ ਵੀ ਲਿਆਉਂਦੇ ਆ, ਬਣਾਉਂਦੇ ਵੀ ਆ, ਔਰ ਪੰਗਤ ਵਿੱਚ ਸੰਗਤਾਂ ਨੂੰ ਬਿਠਾ ਕੇ ਹੱਥੀ ਵਰਤਾ ਕੇ ਛਕਾਉਂਦੇ। ਇਉਂ ਆਪਣੇ ਹੱਥੀ ਵਰਤਾਉਂਦੇ ਹਨ। ਉਦਤ ਹੋਏ ਸਾਦਰ ਅਚਵਾਏ। ਆਦਰ ਦੇ ਸਹਿਤ ਬੜੇ ਸਨਮਾਨ ਪੂਰਵਕ ਸੰਗਤ ਨੂੰ ਲੰਗਰ ਛਕਾਉਂਦੇ ਆ ਔਰ ਸੰਗਤ ਨੂੰ ਐਨ ਤ੍ਰਿਪਤ ਕਰਦੇ ਹਨ। ਮ੍ਰਿਦੁਲ ਗਿਰਾ ਕਹਿ ਬਾਰੰਬਾਰਾ। ਫਿਰ ਕੋਮਲ ਬਾਣੀ ਸੰਗਤ ਨੂੰ ਬਾਰ ਬਾਰ ਕਹਿ ਕੇ ਛਕਾਉਣਾ। ਇਹ ਨੀ ਇੱਕ ਵਾਰੀ ਵਰਤ ਗਿਆ ਮੁੜ ਕੇ ਪੁੱਛਣਾ ਨੀ, ਬਾਰ ਬਾਰ ਪੁੱਛਣਾ ਜੀ, ਪ੍ਰਸ਼ਾਦਾ ਛਕੋ ਜੀ, ਮਠਿਆਈ ਛਕੋ ਜੀ, ਬਾਰ ਬਾਰ ਗੁਰਸਿੱਖਾਂ ਦੇ ਮੂੰਹ ਦੇ ਵਿੱਚ ਪਾਉਣ ਵਾਸਤੇ ਬੇਨਤੀਆਂ ਕਰਨੀਆਂ ਐਨ ਪ੍ਰੇਮ ਨਾਲ। ਪ੍ਰੇਮ ਨਾਲ ਤਾਂ ਰੱਬ ਵੀ ਸਾਧ ਸੰਗਤ ਜੀ ਆਪ ਆਪਣੇ ਭਗਤਾਂ ਦੀ ਬੇਨਤੀ ਨੂੰ ਮੰਨ ਲੈਂਦਾ। ਪ੍ਰੇਮ ਨਾਲ ਤਾਂ ਪੱਥਰ ਦਿਲ ਵੀ ਸਾਧ ਸੰਗਤ ਦੀ ਮੋਮ ਹੋ ਜਾਂਦੇ ਹਨ। ਬਾਰ ਬਾਰ ਕਹਿ ਕੇ ਪ੍ਰੇਮ ਨਾਲ ਪੁਨਾ ਪੁਨਾ ਕਹਿ ਕੇ ਛਕਾਉਂਦੇ ਆ। ਭਲੇ ਆਹਾਰਾ। ਐਨ ਚੰਗਾ ਚੰਗਾ ਭੋਜਨ ਪਦਾਰਥ ਛਕਾ ਕੇ ਸੰਗਤ ਨੂੰ ਰਜਾਉਂਦੇ ਆ, ਤ੍ਰਿਪਤ ਕਰ ਦਿੰਦੇ ਹਨ। ਭੁੱਖਾ ਨੀ ਕਿਸੇ ਨੂੰ ਰਹਿਣ ਦਿੰਦੇ, ਨਾ ਹੀ ਜਾਣ ਦਿੰਦੇ ਐ। ਘਰ ਅਰ ਚਰਨ ਪਖਾਰ ਬਿਠਾਵੇ। ਫਿਰ ਹੱਥ ਧੁਆ ਕੇ, ਚਰਨ ਧੁਆ ਕੇ ਉਹਨਾਂ ਨੂੰ ਆਪਣੇ ਸੰਗਤ ਦੇ ਵਿੱਚ ਬਿਠਾਉਂਦੇ ਹਨ ਪ੍ਰੇਮ ਦੇ ਨਾਲ। ਕਾਮ ਸਵੇਦ ਤੇ ਬਾਇਓ ਚਲਾਵੇ। ਜਦੋਂ ਬਹੁਤੀ ਤਪਸ਼ ਹੋਵੇ, ਧੁੱਪ ਹੋਵੇ, ਉਦੋਂ ਵੀ ਸੰਗਤ ਨੂੰ ਪੱਖਾ ਚੱਲਦੇ ਐ। ਜਦੋਂ ਮੁੜਕਾ ਹੁੰਮਸ ਦਾ ਮੌਸਮ ਹੋਵੇ, ਉਦੋਂ ਵੀ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਕਰਦੇ ਐ। ਜਬ ਲੋ ਧਨ ਚੱਲ ਆਏ ਵਧੇਰੇ। ਇਹਨਾਂ ਧਨ ਉਹਨਾਂ ਦੇ ਕੋਲੇ ਬਹੁਤਾ ਚੱਲ ਚੱਲ ਕੇ ਆਉਂਦਾ ਹੈ। ਨਿਤ ਤ੍ਰਿਪਤਾ ਵੈ ਸੰਤ ਕਨੇਰੇ। ਸੰਤਾਂ ਨੂੰ, ਗੁਰਸਿੱਖਾਂ ਨੂੰ, ਸੰਗਤਾਂ ਨੂੰ ਨਿਤਾ ਪ੍ਰਤੀ ਤ੍ਰਿਪਤ ਕਰਦੇ ਐਨ ਛਕਾਉਂਦੇ ਐ। ਸੰਤ ਬਾਬਾ ਕਰਮ ਸਿੰਘ ਜੀ ਬੱਚੂਆਣੇ ਵਾਲੇ ਮਹਾਂਪੁਰਖ ਹੋਏ, ਵੱਡੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਉਹਨਾਂ ਉੱਤੇ ਕਿਰਪਾ ਕਰਕੇ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਸਨ।
ਬੜੀ ਬਰਕਤ ਸੀ ਮਹਾਤਮਾ ਦੇ ਹੱਥਾਂ ਵਿੱਚ ਸਾਧ ਸੰਗਤ ਜੀ। ਉਹਨਾਂ ਨੇ ਵੱਡੇ ਵੱਡੇ ਗੁਰ ਅਸਥਾਨਾਂ ਅਤੇ ਤੀਰਥਾਂ 'ਤੇ ਜਾ ਕੇ ਹਜ਼ਾਰਾਂ ਹਲਵਾਈ ਲਾ ਕੇ ਨਾ, ਜਿਵੇਂ ਮੰਡੀਆਂ ਵਿੱਚ ਅਨਾਜ ਦੇ ਬੋਲ ਲੱਗੇ ਹੁੰਦੇ ਆ, ਇਸ ਨਾਲੋਂ ਵੱਡੇ ਵੱਡੇ ਬੋਲ ਉਹਨਾਂ ਨੇ ਮਠਿਆਈਆਂ ਦੇ ਲਾ ਦੇਣੇ, ਬਹੁਤ ਵੱਡੇ ਵੱਡੇ। ਔਰ ਫਿਰ ਸਾਰੀ ਸੰਗਤ ਨੂੰ, ਸਾਰਿਆਂ ਲੋਕਾਂ ਨੂੰ ਬੁਲਾ ਕੇ ਖੁੱਲ੍ਹਾ ਲੰਗਰ ਮਠਿਆਈਆਂ ਦਾ ਵਰਤਾਉਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਸੰਗਰੂਰ ਦੇ ਇਲਾਕੇ ਦੇ ਵਿੱਚ ਮੂਲੋਵਾਲ, ਉਸ ਅਸਥਾਨ ਦਾ ਉਦਘਾਟਨ ਕਰਨਾ ਸੀ। ਲੱਖਾਂ ਰੁਪਇਆਂ ਦੇ ਅੰਬ ਲਿਆਏ, ਸਾਰਾ ਗੁਰਦੁਆਰਾ ਭਰ ਦਿੱਤਾ। ਔਰ ਜਦੋਂ ਐਨ ਲਪਟਾਂ ਆਉਣ ਲੱਗ ਗਈਆਂ, ਕਹਿਣ ਲੱਗੇ ਹੁਣ ਸੰਗਤ ਨੂੰ ਵਰਤਾਓ ਔਰ ਖੁੱਲ੍ਹੇ ਟੋਕਰੇ ਭਰ ਭਰ ਕੇ ਵਰਤਾਓ। ਇੰਨਾ ਉਹਨਾਂ ਨੂੰ ਚਾਹ ਸੇਵਾ ਦਾ, ਮੈਂ ਉਹਨਾਂ ਦੇ ਦਰਸ਼ਨ ਕੀਤੇ ਹੈ। ਹਜ਼ੂਰ ਸਾਹਿਬ ਗਏ ਗੱਡੀਆਂ ਦੇ ਵਿੱਚ, ਦੇਸੀ ਘਿਓ ਦੀਆਂ ਗੱਡੀਆਂ ਦੀਆਂ ਗੱਡੀਆਂ ਭਰ ਕੇ ਲੈ ਕੇ ਗਏ। ਮਹੀਨਾ ਉੱਥੇ ਬੜਾ ਲੰਗਰ ਉਹਨਾਂ ਨੇ ਚਲਾਇਆ, ਬਹੁਤ ਸੰਗਤ ਦੀ ਸੇਵਾ ਕਰਦੇ ਸਨ ਪ੍ਰੇਮ ਨਾਲ। ਇਉਂ ਇਹ ਗੁਰਮੁਖਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਸੰਗਤ ਦੀ। ਇਉਂ ਬਈ ਸੰਤਾਂ ਨੂੰ, ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਨਿਤਾ ਪ੍ਰਤੀ ਉਹ ਛਕਾ ਕੇ ਬਹੁਤੀ ਸੇਵਾ ਕਰਦੇ ਆ, ਤ੍ਰਿਪਤ ਕਰਦੇ ਹਨ। ਪਛਲ ਬਚਿਓ ਆਹਾਰ ਸੁਖਾਵੈ। ਫਿਰ ਉਹ ਪਹਿਲਾਂ ਨਹੀਂ, ਜਦੋਂ ਸਾਰਿਆਂ ਦੇ ਛਕੇ ਜਾਣ ਤੋਂ ਬਾਅਦ ਜਿਹੜਾ ਲੰਗਰ ਬਚ ਜਾਏ, ਭੋਜਨ ਬਚ ਜਾਏ ਨਾ, ਫਿਰ ਉਹ ਸਭ ਤੋਂ ਮਗਰੋਂ ਬਾਅਦ ਵਿੱਚ ਛਕਦੇ ਆ। ਲੰਗਰ ਸੰਗਤ ਨੂੰ ਕਦੇ ਵੀ ਘਰੇ ਕਰੋ ਨਾ, ਪਹਿਲਾਂ ਸੰਗਤ ਨੂੰ ਛਕਾ ਕੇ, ਸੇਵਾਦਾਰਾਂ ਨੂੰ ਛਕਾ ਕੇ, ਵਰਤਾਵਿਆਂ ਨੂੰ, ਹਲਵਾਈਆਂ ਨੂੰ, ਬਣਾਉਣ ਵਾਲਿਆਂ ਨੂੰ ਛਕਾ ਕੇ, ਜਦੋਂ ਐਨ ਤ੍ਰਿਪਤ ਹੋ ਕੇ ਸੰਗਤ ਚਲੀ ਜਾਏ, ਮਗਰੋਂ ਪਰਿਵਾਰ ਦੇ ਮੁਖੀਆਂ ਨੂੰ, ਪਰਿਵਾਰ ਨੂੰ ਭੋਜਨ ਛਕਣਾ ਚਾਹੀਦਾ। ਇਸ ਕਰਕੇ ਕਹਿੰਦੇ ਪਛਲ ਬਚਿਓ ਆਹਾਰ ਸੋ ਖਾਵੈ। ਐਨ ਮਗਰੋਂ ਜਿਹੜਾ ਬਚ ਜਾਏ, ਫੇਰ ਬਾਅਦ ਦੇ ਵਿੱਚ ਛਕਣਾ ਕਰੇ ਸਭ ਤੋਂ ਉਪਰੰਤ। ਮਹਾ ਪੁਨੀਤ ਪੁਨੀਤ ਬਣਾਵੇ। ਉਹ ਕਹਿੰਦੇ ਸਭ ਤੋਂ ਪਵਿੱਤਰ ਲੰਗਰ ਦਾ ਪ੍ਰਸ਼ਾਦ ਹੁੰਦਾ, ਸਭ ਤੋਂ ਪਵਿੱਤਰ, ਤੇ ਛਕਣ ਵਾਲੇ ਨੂੰ ਵੀ ਉਹ ਪਵਿੱਤਰ ਕਰ ਦਿੰਦਾ, ਇੰਨੀ ਉਹਦੇ ਉੱਤੇ ਕਿਰਪਾ ਤੇ ਬਰਕਤ ਹੁੰਦੀ ਹੈ। ਆਪਣੇ ਤਾਂ ਪਹਿਲਾਂ ਡੋਲੂ ਭਰ ਭਰ ਕੇ ਪਾਸੇ ਰੱਖ ਲੈਂਦੇ ਆ ਜਾਂ ਨਾਲ ਲੈ ਕੇ ਤੁਰ ਪੈਂਦੇ ਆ। ਪਹਿਲਾਂ ਛਕਾਓ, ਜਦੋਂ ਕੋਈ ਵੀ ਪਤਾ ਲੱਗ ਗਿਆ ਵੀ ਸਭ ਛੱਕ ਛੱਕ ਕੇ ਤ੍ਰਿਪਤ ਹੋ ਗਏ, ਸੰਗਤਾਂ ਨੇ, ਸੇਵਾਦਾਰਾਂ ਨੇ, ਵਰਤਾਵਿਆਂ ਨੇ, ਲਾਂਗਰੀਆਂ ਨੇ, ਸਭ ਨੇ ਛਕ ਲਿਆ, ਫੇਰ ਛਕੋ, ਫੇਰ ਵੱਜ ਜਾਏ, ਫੇਰ ਲੈ ਜਾਓ। ਉਹ ਬੜਾ ਉਹਦਾ ਫਲ ਹੈ, ਬੜਾ ਪੁੰਨ ਹੈ। ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਉਹਨਾਂ ਕੋਲੇ ਪਟਿਆਲੇ ਤੋਂ ਫੌਜੀ ਸਿੰਘਾਂ ਨੇ ਦਰਸ਼ਨ ਕਰਨ ਆਉਣੇ, ਲੰਗਰ ਵਰਤਣਾ। ਉਹਨਾਂ ਮਹਾਂਪੁਰਖਾਂ ਨੇ ਕਹਿਣਾ, ਭਾਈ ਲੰਗਰ ਦੇ ਵਿੱਚ ਬਣਿਆ ਪ੍ਰਸ਼ਾਦਾ ਹੁਣ ਤੁਸੀਂ ਆਪਣੇ ਨਾਲ ਲੈ ਕੇ ਜਾਓ, ਸਾਰੀਆਂ ਪਲਟਣਾਂ ਵਿੱਚ ਇਹ ਲੰਗਰ ਵਰਤਾਉਣਾ। ਜਿਹਦੇ ਜਿਹਦੇ ਮੁੱਖ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਦੋਨੋਂ ਸਤਿਗੁਰਾਂ ਨੇ ਉੱਥੇ ਚਰਨ ਪਾਏ ਹੈ, ਜਿਹਦੇ ਜਿਹਦੇ ਮੁੱਖ ਵਿੱਚ ਇਹ ਲੰਗਰ ਦਾ ਹਿੱਸਾ ਕਿਣਕਾ ਪਵੇਗਾ, ਉਹਦਾ ਭਲਾ ਹੋ ਜਾਏਗਾ, ਉਹਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋਏਗੀ। ਇਹ ਲੰਗਰ ਦੀ ਸ਼ਕਤੀ ਹੈ, ਬਰਕਤ ਹੈ। ਕਿਉਂ ਭਾਈ, ਉਹ ਫਿਰ ਪਵਿੱਤਰ ਤੋਂ ਪਵਿੱਤਰ ਹੈ ਜਿਹੜਾ ਮਗਰੋਂ ਛਕਣਾ, ਔਰ ਜੀਵਨ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਮਹਾ ਪੁਨੀਤ ਪੁਨੀਤ ਬਣਾਵੇ। ਉਹ ਪਵਿੱਤਰ ਤੋਂ ਪਵਿੱਤਰ ਹੈ ਤੇ ਛਕਣ ਵਾਲੇ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਹਿਰਦਾ ਗਨ ਪਾਤਕ ਘਾਤਕ ਹੋਏ। ਜਿੰਨੇ ਪਾਪ ਕੀਤੇ ਹੋਏ ਹੋਣ,
ਜਿਹੜਾ ਉਹ ਲੰਗਰ ਦਾ ਹਿੱਸਾ ਛਕੇਗਾ ਨਾ, ਮਹਾਰਾਜ ਕਹਿੰਦੇ ਉਹਦੇ ਸਾਰੇ ਪਾਪ ਮਿਟ ਜਾਣਗੇ। ਆਖੋ ਭਾਈ ਵਾਹਿਗੁਰੂ, ਇੰਨਾ ਫਲ ਦੱਸਿਆ ਮਗਰੋਂ ਬਚੇ ਹੋਏ ਲੰਗਰ ਵਿੱਚੋਂ ਭੋਜਨ ਛਕਣ ਦਾ, ਉਹ ਸਭ ਤੋਂ ਪਵਿੱਤਰ ਜੀਵਨ ਨੂੰ ਕਰ ਦੇਗਾ। ਪੁੰਨ ਵਿਸਾਲ ਵਧਾਵੈ ਸੋਏ, ਉਹ ਬਹੁਤੇ ਪੁੰਨ ਜੀਵਨ ਦੇ ਵਿੱਚ ਭਾਗ ਲਾ ਦਿੰਦਾ। ਪੁੰਨਾਂ ਦਾ ਮਤਲਬ ਬਹੁਤੇ ਭਾਗ ਉਹਨਾਂ ਦੇ ਜਾਗ ਪੈਂਦੇ ਆ, ਚੰਗੇ ਕਰਮ ਜਾਗ ਪੈਂਦੇ ਆ, ਪੁੰਨ ਵੱਧ ਜਾਂਦੇ ਹਨ ਬਹੁਤ ਜ਼ਿਆਦਾ। ਇਸ ਵਿਦ ਜੇ ਨਿਤ ਨਹਿ ਬਨਿਆ, ਕਹਿੰਦੇ ਜੇ ਇਸ ਤਰ੍ਹਾਂ ਰੋਜ਼ ਸੇਵਾ ਨਹੀਂ ਨਾ ਕਰ ਆਉਂਦੀ ਕਰ ਸਕਦੇ, ਸੇਵਾ ਨਹੀਂ ਕਰ ਸਕਦੇ, ਰੋਜ਼ ਲੰਗਰ ਨਹੀਂ ਛਕਾ ਸਕਦੇ, ਜੇ ਨਿਤਾ ਪ੍ਰਤੀ ਐਸੀ ਸੇਵਾ ਨਹੀਂ ਹੁੰਦੀ ਹੈ, ਤਾਂ ਫਿਰ ਪੁਰਬ ਦੇ ਦਿਨਾਂ ਵਿੱਚ ਜਿਹੜੇ ਮਹੀਨੇ ਵਿੱਚ ਪਵਿੱਤਰ ਪੁਰਬ ਆਉਂਦੇ ਹੈ, ਖਾਸ ਦਿਹਾੜੇ ਆਉਂਦੇ ਹਨ, ਪੂਰਨ ਮਾਸ ਦਰਸ ਸੰਕਰਾਂਤ, ਫਿਰ ਪੂਰਨਮਾਸੀ ਨੂੰ ਪੁੰਨਿਆ ਨੂੰ ਗੁਰੂ ਸਾਹਿਬ ਦੇ ਆ ਕੇ ਦਰਸ਼ਨ ਕਰੇ, ਸੰਗਰਾਂਦ ਵਾਲੇ ਦਿਨ ਦਰਸ਼ਨ ਕਰੇ, ਮੱਸਿਆ ਨੂੰ ਕਰੇ। ਮਾਝੇ ਦੀ ਧਰਤੀ ਤੇ ਸਤਿਗੁਰੂ ਦੀ ਬਹੁਤ ਕਿਰਪਾ, ਮੱਸਿਆ ਨੂੰ ਸੰਗਤਾਂ ਬਹੁਤ ਲੰਗਰ ਲਾਉਂਦੀਆਂ। ਜਦੋਂ ਮੱਸਿਆ ਆਉਂਦੀ ਹੈ ਮਾਝੇ ਦੀ ਧਰਤੀ ਦੇ ਵਿੱਚ, ਜਿੱਧਰ ਦੀ ਵੀ ਮਰਜ਼ੀ ਚਲੇ ਜਾਓ, ਜਿੰਨੇ ਰਸਤੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾਣਗੇ, ਤਰਨ ਤਾਰਨ ਸਾਹਿਬ, ਗੋਂਦਵਾਲ ਸਾਹਿਬ, ਡੇਰਾ ਬਾਬਾ ਨਾਨਕ, ਕਿਸੇ ਪਾਸੇ ਵੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਓ, ਬਾਬਾ ਬਕਾਲਾ ਸਾਹਿਬ ਨੂੰ ਜਾਓ, ਥਾਂ ਥਾਂ ਸੰਗਤਾਂ ਨੇ ਬਹੁਤ ਸੁੰਦਰ ਲੰਗਰ ਲਾਏ ਹੁੰਦੇ। ਮਾਝਾ ਸਾਧ ਸੰਗਤ ਜੀ ਸਿੱਖੀ ਦਾ ਕੇਂਦਰ ਹੈ, ਧੁਰਾ ਹੈ, ਇਹ ਪਰੰਪਰਾ ਗੁਰੂ ਸਾਹਿਬ ਨੇ ਤੁਹਾਨੂੰ ਦੇ ਕੇ ਗਏ ਆਪ, ਔਰ ਸੰਗਤਾਂ ਬਹੁਤ ਪ੍ਰੇਮ ਨਾਲ ਸੇਵਾ ਕਰਦੀਆਂ ਲੰਗਰ ਦੀ, ਇਸ ਲਈ ਇਹ ਸਤਿਗੁਰੂ ਜੀ ਦੇ ਹੁਕਮ ਹੈ। ਪੁੰਨਿਆ ਆਉਂਦੀ ਹੈ, ਸੰਗਰਾਂਦ ਆਉਂਦੀ ਹੈ ਉਸ ਦਿਨ, ਜਾਂ ਮੱਸਿਆ ਆਉਂਦੀ ਹੈ, ਸਤਿਗੁਰੂ ਦੇ ਸਿੱਖ ਜਾ ਕੇ ਦਰਸ਼ਨ ਕਰੇ, ਗੁਰਦੁਆਰਾਂ ਵਿੱਚ ਹਾਜ਼ਰੀ ਭਰਨਾ ਕਰੇ, ਇਤਿਹਾਸਕ ਸਥਾਨਾਂ ਤੇ ਜਾਵੇ, ਗੁਰੂ ਘਰਾਂ ਵਿੱਚ ਜਾਣਾ ਕਰੇ। ਆਦਿਕ ਜੇ ਨਾਨਾ ਭਾਂਤ, ਇਹ ਆਦਿਕ ਹੋਰ ਵੀ ਜਿਹੜੇ ਦਸਾਂ ਸਤਿਗੁਰਾਂ ਦੇ ਗੁਰਪੁਰਬ ਹਨ, ਵੱਖ ਵੱਖ ਸਮਿਆਂ ਤੇ ਮਨਾਏ ਜਾਂਦੇ ਹੈ। ਗੁਰਸਿੱਖਨ ਕੋ ਕਰਹਿ ਆਹਾਰੇ, ਗੁਰਸਿੱਖਾਂ ਨੂੰ ਘਰ ਵਿੱਚ ਸੱਦ ਕੇ ਜਾਂ ਲੰਗਰਾਂ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾ ਕੇ ਛਕਾਉਣਾ ਕਰੇ, ਤਿਆਰ ਕਰਕੇ ਛਕਾਉਣਾ ਕਰੇ, ਜਾਂ ਘਰ ਵਿੱਚ ਬੁਲਾ ਕੇ ਛਕਾਵੇ। ਪਠਾ ਚੁਰੋ ਜਬ ਪਾਨ ਪਖਾਰੇ, ਜਦੋਂ ਗੁਰਸਿੱਖ ਹੱਥ ਧੋ ਕੇ ਪਵਿੱਤਰ ਜਲ ਦੇ ਨਾਲ ਹੱਥ ਪਵਿੱਤਰ ਕਰਕੇ ਚੁਲਾ ਪੰਨਗੇ, ਚੁਲਾ ਪੰਨ ਲੱਗਿਆ, ਚੁਲਾ ਕਹਿੰਦੇ ਅਰਦਾਸ ਕਰਨੀ ਲੰਗਰ ਛਕ ਕੇ। ਚੁਰਾ ਸ਼ਬਦ ਪੁਰਾਣਾ ਹੈ, ਪ੍ਰਾਤਨ ਸਮੇਂ ਤੋਂ ਆਪਾਂ ਕਹਿੰਦੇ ਹਾਂ ਵੀ ਚੁਲਾ ਪੜੋ, ਭਾਵ ਹੱਥ ਪਵਿੱਤਰ ਜਲ ਲੈ ਕੇ ਹੱਥ ਪਵਿੱਤਰ ਕਰਨੇ ਔਰ ਹੱਥ ਜੋੜ ਕੇ ਅਰਦਾਸ ਕਰਨੀ। ਪਵਿੱਤਰ ਹੱਥਾਂ ਤੋਂ ਬਿਨਾਂ ਅਰਦਾਸ ਨਹੀਂ ਕਦੇ ਕਰਨੀ ਚਾਹੀਦੀ, ਹੱਥ ਧੋ ਕੇ ਸੁੱਚੇ ਕਰਕੇ ਫਿਰ ਅਰਦਾਸ ਕਰਨੀ ਚਾਹੀਦੀ ਹੈ ਸਤਿਗੁਰੂ ਦੇ ਚਰਨਾਂ ਵਿੱਚ। ਇਉਂ ਭਾਈ ਚੁਲਾ ਭਾਵ ਜਲ ਹੱਥਾਂ ਵਿੱਚ ਲੈ ਕੇ ਪਵਿੱਤਰ ਕਰਕੇ ਜਦੋਂ ਅਰਦਾਸ ਕਰਨਾ ਕਰੇ, ਸਤਿਗੁਰ ਕੋ ਧਾਰਹਿ ਧਿਆਨ, ਫਿਰ ਸਿੱਖ ਹੱਥ ਜੋੜ ਕੇ ਪਹਿਲਾਂ ਸਤਿਗੁਰਾਂ ਦਾ ਧਿਆਨ ਕਰੇ ਹਿਰਦੇ ਵਿੱਚ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਧਿਆਨ ਆਪਣੀ ਬਿਰਤੀ ਜੋੜਨਾ ਕਰੇ। ਬਿਨੈ ਬਖਾਨਾ ਬਨ ਬਿਨ ਮਾਨ, ਫਿਰ ਅਰਦਾਸ ਮਾਨ ਹੰਕਾਰ ਤੋਂ ਰਹਿਤ ਹੋ ਕੇ ਕਰੇ, ਮਨ ਵਿੱਚ ਸੇਵਾ ਕੀਤੀ ਦਾ ਮਾਣ ਨਾ ਕਰੇ ਵੀ ਮੈਂ ਆਹ ਸੇਵਾ ਕੀਤੀ ਹੈ, ਮੈਂ ਇੰਨਿਆਂ ਨੂੰ ਲੰਗਰ ਛਕਾਤਾ,
ਮਾਣ ਹਉਮੈ ਨੂੰ ਤਿਆਗ ਕੇ ਅਰਦਾਸ ਕਰੇ ਨਿਮਰਤਾ ਧਾਰਨ ਕਰਕੇ ਕਰ ਜੂਰੈ ਉਰਮਹਿ ਇਮ ਕਹਿ ਹੱਥ ਜੋੜ ਕੇ ਹਿਰਦੇ ਵਿੱਚ ਇਹ ਭਾਵਨਾ ਰੱਖੇ ਮੂੰਹੋਂ ਬੋਲ ਕੇ ਨਹੀਂ ਹਿਰਦੇ ਵਿੱਚੋਂ ਇਹ ਅਰਦਾਸ ਕਰੇ ਆਪਣੇ ਹਿਰਦੇ ਵਿੱਚ ਇਹ ਪ੍ਰਸਾਦ ਪ੍ਰਭ ਤੇਰੋ ਹੈ ਇਹ ਮਹਾਰਾਜ ਇਹ ਜਿਹੜਾ ਪ੍ਰਸ਼ਾਦ ਹੈ ਲੰਗਰ ਬਣਿਆ ਭੋਜਨ ਬਣਿਆ ਪਦਾਰਥ ਬਣੇ ਹੈ ਜਾਂ ਗੁਰਸਿੱਖਾਂ ਨੂੰ ਵਸਤਰ ਦਿੱਤੇ ਹੈ ਧਨ ਦਿੱਤਾ ਮਹਾਰਾਜ ਇਹ ਤੇਰਾ ਹੈ ਮੇਰਾ ਨਹੀਂ ਇਹਦੇ ਵਿੱਚ ਕੁਝ ਵੀ ਕਰਕੇ ਵੇਖੋ ਇਸ ਤਰ੍ਹਾਂ ਕਿਰਪਾ ਕਿੰਨੀ ਹੋਏਗੀ ਹਿਰਦੇ ਵਿੱਚ ਧਿਆਨ ਕਰੇ ਗੁਰੂ ਦਾ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਹੇ ਮਹਾਰਾਜ ਜੋ ਸੇਵਾ ਕਰਵਾਈ ਤੁਸੀਂ ਕਰਵਾਈ ਜੋ ਪਦਾਰਥ ਸੇਵਾ ਵਿੱਚ ਲੱਗਾ ਇਹ ਤੁਹਾਡਾ ਹੀ ਸੀ ਮੇਰਾ ਇਹਦੇ ਵਿੱਚ ਕੁਝ ਵੀ ਨਹੀਂ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਧੰਨ ਕਹੀਏ ਸਦਾ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਬਾਅਦ ਇਹ ਅਰਦਾਸ ਕੀਤੀ ਸੀ ਕਬੀਰ ਮੇਰਾ ਮੁੱਢ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ ਤੇਰੇ ਤੇਰੀ ਅਮਾਨਤਾ ਦਾ ਹੋਈ ਮਹਾਰਾਜ ਇਹ ਤੇਰੇ ਬਖਸ਼ਿਸ਼ ਕੀਤੇ ਹੋਏ ਲਾਲ ਸਨ ਧਰਮ ਦੀ ਖਾਤਰ ਇਹਨਾਂ ਨੂੰ ਤੁਸੀਂ ਕੁਰਬਾਨੀ ਕਰਨ ਦਾ ਬਲ ਬਖਸ਼ਿਆ ਇਹ ਤੁਸੀਂ ਇਹਨਾਂ ਤੋਂ ਧਰਮ ਦੀ ਖਾਤਰ ਸ਼ਹਾਦਤ ਆਪ ਹੀ ਕਿਰਪਾ ਕਰਕੇ ਕਰਵਾਈ ਹੈ ਸੇਵਾ ਲਈ ਹੈ ਕੁਰਬਾਨੀ ਆਪਣੇ ਦਰ ਤੋਂ ਸੇਵਾ ਦੀ ਕੁਰਬਾਨੀ ਆਪ ਹੀ ਕਰਵਾਈ ਹੈ ਮਹਾਰਾਜ ਇਸ ਕਰਕੇ ਐਸੇ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੱਥ ਜੋੜ ਕੇ ਕਹੇ ਇਹ ਮਹਾਰਾਜ ਇਹ ਪ੍ਰਸ਼ਾਦ ਇਹ ਪਦਾਰਥ ਸਾਰਾ ਆਪ ਜੀ ਦਾ ਹੀ ਹੈ ਸਭ ਸਿੱਖਨ ਕੋ ਬੰਦਨ ਕਰੇ ਇੰਨੀ ਸੰਗਤ ਹੋਵੇ ਸਾਰੀ ਨੂੰ ਮੱਥਾ ਟੇਕੇ ਬੰਦਨ ਦਾ ਅਰਥ ਹੁੰਦਾ ਨਮਸਕਾਰ ਕਰਨਾ ਸਾਰੀ ਸੰਗਤ ਨੂੰ ਫਿਰ ਨਮਸਕਾਰ ਕਰੇ ਅਰਦਾਸ ਕਰਦਾ ਹੋਇਆ ਸਿੱਖ ਅਚਿਉ ਗੁਰਨ ਇਮ ਸ਼ਰਧਾ ਧਰੈ ਹਿਰਦੇ ਵਿੱਚ ਸ਼ਰਧਾ ਧਾਰੇ ਕਿ ਇਹ ਗੁਰੂ ਸਾਹਿਬ ਨੇ ਭੋਜਨ ਛਕਿਆ ਗੁਰਸਿੱਖਾਂ ਦੁਆਰਾ ਸੰਗਤ ਦੁਆਰਾ ਜੋ ਲੰਗਰ ਛਕਿਆ ਜੋ ਸੇਵਾ ਹੋਈ ਇਹ ਗੁਰੂ ਸਾਹਿਬ ਦੇ ਦਰ ਤੇ ਹੋਈ ਹੈ ਗੁਰੂ ਸਾਹਿਬ ਨੂੰ ਅਰਪਿਤ ਹੋਇਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਪਰਬ ਸਰਬ ਜੇ ਮਾ ਸਮਝਾਰ ਮਹਾਰਾਜ ਕਹਿੰਦੇ ਜੇ ਪੁਰਬਾਂ ਦੇ ਉੱਤੇ ਜਾਂ ਮਹੀਨੇ ਦੇ ਵਿੱਚ ਰੋਜ਼ਾਨਾ ਜਾਂ ਕਿਸੇ ਖਾਸ ਦਿਨਾਂ ਤੇ ਸੇਵਾ ਨਹੀਂ ਹੋ ਸਕਦੀ ਨਹਿ ਬਨਿਆ ਵਹਿ ਦਿਨ ਆਹਾਰ ਇਹ ਭੋਜਨ ਲੰਗਰ ਨਹੀਂ ਦਿੱਤਾ ਜਾਂਦਾ ਸੇਵਾ ਨਹੀਂ ਕੀਤੀ ਜਾਂਦੀ ਹੈ ਦਰਸ ਕਿਦੋਂ ਸੰਕਰਾਂਤ ਸੋ ਦਿਨ ਮੈਂ ਫਿਰ ਸੰਕਰਾਂਤ ਵਾਲੇ ਦਿਨ ਗੁਰੂ ਦੇ ਦਰਸ਼ਨ ਕਰੇ ਆ ਕੇ ਪਤਾਵੈ ਗੁਰਸਿੱਖ ਸਦਨ ਮੈਂ ਗੁਰਸਿੱਖ ਨੂੰ ਕਿਸੇ ਇੱਕ ਨੂੰ ਕਿਸੇ ਦੋ ਨੂੰ ਚੌਂ ਨੂੰ ਜਿੰਨੀ ਸਮਰੱਥਾ ਹੈ ਘਰ ਵਿੱਚ ਸੱਦ ਕੇ ਪ੍ਰਸ਼ਾਦਾ ਛਕਾਉਣਾ ਕਰੇ ਤ੍ਰਿਪਤਾਉਣਾ ਭਾਵ ਤ੍ਰਿਪਤ ਕਰੇ ਐਨ ਗੁਰਸਿੱਖਾਂ ਦੀ ਸੇਵਾ ਕਰੇ ਬਹੁਰ ਵਸਤਰ ਆਸ਼ੇ ਬਨਵਾਵੈ ਚੰਗੇ ਚੰਗੇ ਵਸਤਰ ਗੁਰਸਿੱਖਾਂ ਨੂੰ ਬਣਾ ਕੇ ਦੇਣਾ ਕਰੇ ਸੰਤ ਕੇ ਸਿੱਖ ਕਸ਼ਟ ਕੋ ਪਾਵੈ ਇਹ ਦੇਖੇ ਕਿ ਠੰਡ ਦੇ ਦਿਨ ਕੋਈ ਸੰਤ ਕੋਈ ਸਿੱਖ ਕਿਸੇ ਕਾਰਨ ਕਿਸੇ ਕਸ਼ਟ ਵਿੱਚ ਹੈ ਦੁੱਖ ਵਿੱਚ ਹੈ ਤਕਲੀਫ ਵਿੱਚ ਹੈ ਵਸਤਰ ਨਹੀਂ ਚੰਗੇ ਹਨ ਧਾਰਨ ਕੀਤੇ ਹੋਏ ਸੀਤ ਕਾਲ ਮਹਿ ਕਰ ਪਹਿਰਾਏ ਸਿਆਲ ਦੇ ਦਿਨਾਂ ਵਿੱਚ ਗਰਮ ਵਸਤਰ ਬਣਾ ਕੇ ਗੁਰਸਿੱਖਾਂ ਨੂੰ ਪਵਾਉਣਾ ਕਰੇ ਸੰਤਾਂ ਨੂੰ ਵਸਤਰ ਦੇਣਾ ਕਰੇ ਗੁਰਸਿੱਖਾਂ ਨੂੰ ਵਸਤਰ ਦੇਣਾ ਕਰੇ
ਲੋੜਵੰਦਾਂ ਨੂੰ ਵਸਤਰ ਦੇਣਾ ਕਰੇ, ਗਰੀਬਾਂ ਨੂੰ ਵਸਤਰ ਦੇਣਾ ਕਰੇ, ਨਾਲੇ ਭੋਜਨ ਛਕਾਵੇ, ਨਾਲੇ ਵਸਤਰਾਂ ਦਾ ਦਾਨ ਕਰੇ। ਲੇਪ ਨਿਹਾਲੀ ਤੂਲ ਟਲਾਏ, ਰਜਾਈਆਂ ਨਿਹਾਲੀਆਂ ਹੁੰਦੀਆਂ ਰਜਾਈਆਂ ਦੇ ਵਿੱਚ, ਤੂਲ ਸਾਧ ਸੰਗਤ ਜੀ ਰੂਹ ਨੂੰ ਪਾ ਕੇ ਚੰਗੀ ਤਰ੍ਹਾਂ, ਇਸੇ ਤਰ੍ਹਾਂ ਲੇਪ ਤਲਾਈ ਆਦਿਕ ਇਹ ਤਿਆਰ ਕਰੇ ਚੰਗੀ ਤਰ੍ਹਾਂ, ਬਿਸਤਰਾ ਆਦਿਕ ਕੈ ਕੰਬਰ ਦੇ ਹੇਰ ਨਗਨ ਕੋ, ਬਿਸਤਰਾ ਦੇਣ ਦੀ ਸਮਰੱਥਾ। ਮਹਾਰਾਜ ਕਹਿੰਦੇ ਠੰਡ ਦੇ ਦਿਨਾਂ ਵਿੱਚ ਬਿਸਤਰੇ ਗਰਮ ਬਣਾ ਕੇ ਦੇਣਾ ਕਰੇ, ਜਾਂ ਇਸੇ ਤਰ੍ਹਾਂ ਜੇ ਕੋਈ ਸਰੀਰ ਤੋਂ ਨੰਗਾ ਹੈ, ਠੰਡ ਵਿੱਚ ਠੁਰੂ ਠੁਰੂ ਕਰਦਾ, ਤਾਂ ਕੰਬਲ ਭੂਰੇ ਬਣਾ ਕੇ ਦੇਣਾ ਕਰੇ। ਸਾਧਨ ਕਰੇ ਗਰੀਬਨ ਤਨ ਕੋ, ਮਹਾਰਾਜ ਜੀ ਨੇ ਇੱਥੇ ਫੇਰ ਨਿਰਣਾ ਕਰਤਾ, ਗਰੀਬਾਂ ਦੇ ਤਨ ਵੀ ਢਕਣਾ ਕਰੇ, ਉਹਨਾਂ ਨੂੰ ਵੀ ਵਸਤਰ ਦੇਵੇ ਤੇ ਭੋਜਨ ਛਕਾਉਣਾ ਕਰੇ, ਗੁਰਸਿੱਖਾਂ ਨੂੰ ਵੀ ਤੇ ਸੰਤਾਂ ਨੂੰ ਵੀ। ਕਰਨ ਦਾਨ ਇਸ ਬਿਦ ਕੇ ਦੋਏ, ਇਹ ਦੋ ਤਰ੍ਹਾਂ ਦਾ ਦਾਨ ਹੈ, ਵਸਤਰਾਂ ਦਾ ਔਰ ਅੰਨ ਦਾ, ਲੰਗਰ ਛਕਾਉਣਾ ਔਰ ਵਸਤਰ ਦੇਣੇ, ਇਹ ਦੋ ਤਰ੍ਹਾਂ ਦਾ ਦਾਨ ਹੈ। ਮਹਾਰਾਜ ਕਹਿੰਦੇ ਦਾਨ ਵੀ ਕਿਹੜਾ ਕਰਨਾ, ਪਿਛਲੇ ਜਨਮਾਂ ਦਾ ਦੱਸਿਆ ਨਾ ਵੀ ਪੁੰਨ, ਦਾਨ ਇਹ ਦੋ ਤਰ੍ਹਾਂ ਦਾ ਹੈ। ਸਰਬ ਕਰੇ ਅਤ ਹਿਤ ਹੋਏ, ਇਹ ਹਰ ਕੋਈ ਕਰ ਸਕਦਾ, ਇਹਦੇ ਵਿੱਚ ਵਿਚਾਰ ਦੀ ਲੋੜ ਨਹੀਂ। ਧਨ ਦੇਣ ਲੱਗਿਆ ਅਧਿਕਾਰੀ ਵੇਖਣਾ, ਹੁਣ ਜੇ ਕੋਈ ਬੰਦਾ ਤੁਹਾਡਾ ਧਨ ਲੈ ਕੇ ਸ਼ਰਾਬ ਪੀਣ ਲੱਗ ਗਿਆ, ਨਸ਼ੇ ਖਾਣ ਲੱਗ ਗਿਆ, ਐਬ ਕਰਨ ਲੱਗ ਗਿਆ, ਫਿਰ ਤਾਂ ਦੇਣ ਵਾਲੇ ਨੂੰ ਵੀ ਪਾਪ ਲੱਗਣਾ ਨਾ। ਹਾਂ, ਨੰਗੇ ਨੂੰ ਵਸਤਰ ਦੇ ਦਿਓ, ਭੁੱਖੇ ਨੂੰ ਅੰਨ ਦੇ ਦਿਓ, ਜਿਹੋ ਜਿਹਾ ਵੀ ਹੈ, ਉਦੋਂ ਵਿਚਾਰ ਨਹੀਂ ਕਰਨਾ, ਉਦੋਂ ਪਰਮੇਸ਼ਰ ਜਾਣ ਕੇ ਸੇਵਾ ਕਰਨੀ ਹੈ। ਇਹ ਦਾਨ ਪ੍ਰੇਮ ਨਾਲ ਹਰ ਇੱਕ ਲਈ ਤੁਸੀਂ ਕਰ ਸਕਦੇ ਹੋ। ਯਥਾ ਸ਼ਕਤ ਇਹ ਸਭ ਕੇ ਜੋਗ, ਜਿੰਨੀ ਜਿੰਨੀ ਕਿਸੇ ਵਿੱਚ ਸ਼ਕਤੀ ਸਮਰੱਥਾ ਹੈ, ਸਾਰਿਆਂ ਦੇ ਕਰਨ ਯੋਗ ਇਹ ਸੇਵਾ ਹੈ। ਦਾਨ ਪੁੰਨ ਹਰ ਕੋਈ ਕਰ ਸਕਦਾ, ਇਸ ਤਰ੍ਹਾਂ ਦਾ ਮਹਾਰਾਜ ਕਹਿੰਦੇ। ਗ੍ਰਿਸਥ ਧਰਮ ਧਾਰਿਓ ਜਿਸ ਲੋਕ, ਜਿਹਨਾਂ ਨੇ ਗ੍ਰਿਸਥ ਮਾਰਗ ਧਾਰਨ ਕੀਤਾ ਹੋਇਆ, ਜਿਹਨਾਂ ਲੋਕਾਂ ਨੇ ਗ੍ਰਿਸਥ ਵਿੱਚ ਰਹਿ ਕੇ ਦਾਨ ਪੁੰਨ ਦਸਾਂ ਨਹੁੰ ਦੀ ਕਮਾਈ ਵਿੱਚੋਂ ਕਰਨਾ ਹੈ। ਵਚਨ ਕਹਿਓ ਸ਼੍ਰੀ ਨਾਨਕ ਧੀਰ, ਧੀਰਜ ਧਾਰੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤੇ ਹਨ ਆਪਣੇ ਮੁਖਾਰ ਬਿੰਦ ਤੋਂ। ਪੁੰਨ ਦਾਨ ਕਾ ਕਰੇ ਸਰੀਰ, ਜਿਹੜਾ ਸਰੀਰ ਪੁੰਨ ਦਾਨ ਕਰਦਾ, ਸਰੀਰਾਂ ਨੂੰ ਲੋੜਵੰਦਾਂ ਲਈ ਪੁੰਨ ਅਤੇ ਦਾਨ ਕਰਦਾ, ਪੁੰਨ ਅਤੇ ਦਾਨ ਦਾ ਫਰਕ ਹੈ। ਪੁੰਨ ਕਰਨਾ ਹੁੰਦਾ ਵਿਸ਼ੇਸ਼ ਦਿਨ ਤੇ, ਜਿਵੇਂ ਆਪਾਂ ਗੁਰਪੁਰਬਾਂ ਤੇ ਕਰ ਦਈਏ, ਗੁਰਸਿੱਖ ਦਿਹਾੜਿਆਂ ਤੇ, ਸ਼ਹੀਦਾਂ ਦੇ ਦਿਨਾਂ ਵਿੱਚ, ਸ਼ਹੀਦੀ ਦਿਹਾੜਿਆਂ ਤੇ, ਔਰ ਸੰਗਰਾਂਦ ਮੱਸਿਆ ਪੁੰਨਿਆਂ ਨੂੰ, ਮਹਾਂਪੁਰਖਾਂ ਦੇ ਜੋੜ ਮੇਲਿਆਂ ਤੇ, ਉਹ ਹੁੰਦਾ ਪੁੰਨ। ਤੇ ਦਾਨ ਕਿਸੇ ਵੀ ਸਮੇਂ ਕਰ ਸਕਦੇ ਹੋ, ਪਵਿੱਤਰ ਦਿਨਾਂ ਤੇ ਵੀ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅਵਤਾਰ ਗੁਰਪੁਰਬ ਸ੍ਰੀ ਹਰਿਮੰਦਰ ਸਾਹਿਬ ਆਉਂਦਾ, ਉਦੋਂ ਜਾ ਕੇ ਜਿੰਨੀ ਸਮਰੱਥਾ ਸ਼ਕਤੀ ਸੇਵਾ ਕਰੋ, ਜੇ ਬਹੁਤੀ ਸਮਰੱਥਾ ਨਹੀਂ, ਇੱਕ ਮੁੱਠੀ ਅਨਾਜ ਲੈ ਜਾਓ, ਲੰਗਰ ਵਿੱਚ ਪਾ ਦਿਓ, ਆਟੇ ਦੀ ਮੁੱਠੀ ਲੈ ਜਾਓ ਘਰ ਤੋਂ, 10 ਪੈਸੇ ਲਿਜਾ ਕੇ ਪਾ ਦਿਓ, ਫੁੱਲੀ ਮਹਾਰਾਜ ਸਾਹਿਬ ਦੇ ਚਰਨਾਂ 'ਚ ਹਰਿਮੰਦਰ ਸਾਹਿਬ ਜਾ ਕੇ ਭੇਟਾ ਕਰ ਦਿਓ, ਕੋਈ ਨਾ ਕੋਈ ਥੋੜ੍ਹਾ ਬਹੁਤਾ। ਇਉਂ ਗੁਰਪੁਰਬਾਂ 'ਤੇ, ਸਿੱਖ ਦਿਹਾੜਿਆਂ 'ਤੇ, ਸ਼ਹੀਦਾਂ ਦੇ ਦਿਨਾਂ 'ਤੇ ਭਾਈ ਓਂ ਪੁੰਨ ਕਰੇ, ਦਾਨ ਕਰੇ ਹਮੇਸ਼ਾ। ਮਹਾਰਾਜ ਕਹਿੰਦੇ ਜਿਹੜਾ ਕਰਦਾ ਹੈ, ਸੋ ਗਿਰਹੀ ਗੰਗਾ ਕਾ ਨੀਰ, ਉਹ ਗ੍ਰਿਸਤੀ ਗੰਗਾ ਦੇ ਨੀਰ ਵਰਗਾ, ਗੰਗਾ ਦੇ ਪਾਣੀ ਵਰਗਾ ਉੱਜਲ ਪਵਿੱਤਰ ਜੀਵਨ ਹੈ ਉਹਦਾ।
ਦੂਜਾ ਭਾਵ ਇਹਦਾ ਇਹ ਹੈ, ਜਿਸ ਘਰ ਵਿੱਚੋਂ ਸਾਧ ਸੰਗਤ ਜੀ ਦਾਨ ਪੁੰਨ ਹੁੰਦਾ ਨਾ, ਉਹਦੇ ਘਰ ਵਿੱਚ ਗੰਗਾ ਦੇ ਜਲ ਵਰਗੀ ਸ਼ੀਤਲਤਾ ਵਰਤਦੀ ਹੈ, ਸ਼ੀਤਲਤਾ। ਉਹਦੇ ਘਰ ਵਿੱਚ ਦੁੱਖਾਂ ਦੇ ਝੋਕੇ ਨਹੀਂ ਆਉਂਦੇ ਹਵਾ ਦੇ, ਉਹਦੇ ਘਰ ਵਿੱਚ ਠੰਡੀ ਠਾਰ ਸ਼ੀਤਲ ਹਵਾ ਦੇ ਝੋਕੇ ਆਉਣਗੇ। ਉਹਨਾਂ ਦੇ ਦੁੱਖ ਵਾਹਿਗੁਰੂ ਪਰਮੇਸ਼ਰ ਕੱਟਦਾ, ਉਹਨਾਂ ਦੇ ਘਰ ਵਿੱਚ ਸੁੱਖ ਬਣਿਆ ਰਹੇਗਾ, ਸ਼ਾਂਤੀ ਬਣੀ ਰਹੇਗੀ, ਪਰਿਵਾਰ ਵਿੱਚ ਐਨ ਪਿਆਰ ਬਣਿਆ ਰਹੇਗਾ, ਕੋਈ ਕਮੀ ਘਾਟ ਨਹੀਂ ਰਹੇਗੀ। ਔਰ ਦੂਜਾ, ਉਹਨਾਂ ਦੇ ਜੀਵਨ ਨਿਰਮਲ ਰਹਿਣਗੇ, ਜਿਵੇਂ ਗੰਗਾ ਦਾ ਜਲ ਨਿਰਮਲ ਹੈ, ਉਹਨਾਂ ਦੇ ਪਰਿਵਾਰਾਂ ਵਿੱਚ, ਉਹਨਾਂ ਦੇ ਬੱਚਿਆਂ ਵਿੱਚ ਕੋਈ ਐਬ ਨਹੀਂ ਲੱਗੇਗਾ, ਕੋਈ ਰੋਗ ਬਿਮਾਰੀ ਨਹੀਂ ਲੱਗੇਗੀ, ਨਿਰਮਲ ਤਨ ਰਹਿਣਗੇ, ਨਿਰੋਗ ਸਰੀਰ ਰਹਿਣਗੇ, ਐਬਾਂ ਤੋਂ ਬਚੇ ਰਹਿਣਗੇ। ਜੇ ਨਾ ਦਈਏ ਗੁਰੂ ਦੇ ਨਿਮਿੱਤ, ਪਰਮੇਸ਼ਰ ਦੇ ਨਿਮਿੱਤ ਦਸਵੰਧ, ਉਹੀ ਮਾਇਆ ਰੋਗਾਂ ਵਿੱਚ ਲੱਗਣ ਲੱਗ ਜਾਂਦੀ ਹੈ, ਬਿਮਾਰੀਆਂ 'ਤੇ, ਮੁਕੱਦਮਿਆਂ 'ਤੇ, ਝਗੜਿਆਂ 'ਤੇ, ਮਾੜੇ ਥਾਵਾਂ 'ਤੇ ਨਿਕਲ ਜਾਣੀ ਆ, ਕਿਸੇ ਨਾ ਕਿਸੇ ਰੂਪ ਵਿੱਚ ਰਹਿੰਦੀ ਨਹੀਂ। ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪਾਪ, ਕੋਪੈ ਤਾਪੈ ਭਰਾਤ ਤ੍ਰੈ ਕਰੈ ਜੋ ਦੇਸ਼ਟ ਹੈ ਤਿਆਗ। ਜੇਠਾ ਧਰਮ ਹੈ, ਚਾਰ ਭਰਾ ਮੰਨੇ ਹੈ, ਇੱਕ ਰਾਜਾ ਹੈ, ਇੱਕ ਸਾਧ ਸੰਗਤ ਜੀ ਧਰਮ ਹੈ। ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ, ਅੱਗ ਵੀ, ਰਾਜਾ ਵੀ, ਚੋਰ ਵੀ, ਧਰਮ ਵੀ, ਪਰ ਚਾਰਾਂ ਵਿੱਚੋਂ ਸਭ ਤੋਂ ਵੱਡਾ ਧਰਮ ਹੈ। ਧਰਮ ਲਈ ਆਪਣਾ ਹਿੱਸਾ ਦਊਂਗੇ ਨਾ, ਤਾਂ ਫਿਰ ਰਾਜਾ ਵੀ ਕੋਈ ਟੈਕਸ ਨਹੀਂ ਲਾਉਂਦਾ, ਡੰਨ ਨਹੀਂ ਲਾਉਂਦਾ, ਮੁਕੱਦਮਿਆਂ 'ਤੇ ਨਹੀਂ ਪੈਸਾ ਜਾਏਗਾ, ਉੱਜੜੇਗਾ ਨਹੀਂ, ਚੋਰ ਚੋਰੀ ਨਹੀਂ ਕਦੇ ਕਰਨਗੇ। ਧਰਮੀ ਦਾ ਧਨ ਪਰਮੇਸ਼ਰ ਉਹਦੇ ਧਨ ਦੀ ਰੱਖਿਆ ਕਰਦਾ, ਉਹਦੇ ਧਰਮ ਨੂੰ ਪਰਮੇਸ਼ਰ ਧਰਮੀ ਦੇ ਧਨ ਦੀ ਰਖਵਾਲੀ ਆਪ ਕਰਦਾ, ਪਹਿਰੇਦਾਰ ਬਣ ਕੇ। ਸਾਧ ਸਿੰਘ ਜੀ ਜਦੋਂ ਬਲ ਰਾਜੇ ਨੇ ਜੱਗ ਕੀਤਾ ਨਾ, ਇੰਨਾ ਯੱਗ, ਇੰਨਾ ਦਾਨ ਕੀਤਾ, ਪ੍ਰਹਿਲਾਦ ਭਗਤ ਦੀ ਕੁੱਲ ਵਿੱਚੋਂ ਵੱਡੇ ਵਡੇਰੇ ਨੇ, ਉਦੋਂ ਦੇਵਤਿਆਂ ਨੂੰ ਵੀ ਚਿੰਤਾ ਪੈ ਗਈ। ਇੰਦਰ ਨੂੰ ਕਹਿਣ ਲੱਗਾ ਭਗਵਾਨ ਵਿਸ਼ਨੂੰ ਕੋਲੇ ਜਾ ਕੇ ਕਿ ਭਗਵਾਨ ਮੇਰੀ ਸਵਰਗਪੁਰੀ ਬਲ ਰਾਜੇ ਨੇ ਖੋਹ ਲੈਣੀ ਆ, ਉਹਨੇ ਦਾਨ ਪੁੰਨ ਹੀ ਇੰਨਾ ਕਰ ਦਿੱਤਾ, ਇੰਨਾ ਜੱਗ ਲੰਗਰ ਚਲਾਇਆ, ਭਜਨ ਪਾਠ ਕੀਤਾ ਤੇ ਕਰਾ ਰਿਹਾ। ਭਗਵਾਨ ਵਿਸ਼ਨੂੰ ਹੱਸ ਪਏ, ਕਹਿੰਦੇ ਤੂੰ ਤਾਂ ਦੇਵਤਿਆਂ ਦਾ ਰਾਜਾ, ਤੈਨੂੰ ਚਿੰਤਾ ਕਰਨ ਦੀ ਕੀ ਲੋੜ ਹੈ, ਤੇਰੇ ਕੋਲ ਵੱਡੇ ਵੱਡੇ ਦੇਵਤੇ, ਬੜੇ ਸ਼ਕਤੀਆਂ ਵਾਲੇ ਆ, ਕਰਦੇ ਖੰਡਨ ਜਾ ਕੇ, ਵਿੱਚੇ ਰੋਕ ਦੇ, ਵਿੱਚੇ ਵਿਘਨ ਪਾ ਦੇ, ਕੁਛ ਨਹੀਂ ਹੋ ਚੱਲਿਆ ਤੇਰਾ, ਲਾ ਜੋਰ ਤਕੜਾ ਹੋ ਕੇ ਤੇਰਾ ਸੰਘਾਸਨ ਬਚ ਜਾਏ। ਰਾਜ ਸੱਤਾ ਦੀ ਲਾਲਸਾ ਕਿਹਦੇ ਅੰਦਰ ਨਹੀਂ ਹੁੰਦੀ, ਕਿਸੇ ਦੇ ਸਵਰਗ ਲੋਕ ਦੀ ਹੈ, ਕਿਸੇ ਦੇ ਐਸ ਲੋਕ ਦੀ ਹੈ, ਤਾਂ ਸਾਰਿਆਂ ਬਹੁਤਿਆਂ ਦੇ ਮਨ ਵਿੱਚ। ਜਿਹੜਾ ਵੀ ਦੇਵਤਾ ਜਾਂਦਾ ਸਾਧ ਸੰਗਤ ਜੀ ਦਾ ਤੇਜ ਇੰਨਾ ਨਾ, ਉੱਥੇ ਉਹਤੋਂ ਖੜਿਆ ਵੀ ਨਹੀਂ ਜਾਂਦਾ, ਇੰਨਾ ਤਪ ਤੇਜ, ਇੰਨੀ ਪਰਮੇਸ਼ਰ ਨੇ ਉੱਥੇ ਉਹਦੇ ਆਲੇ ਦੁਆਲੇ ਪੁੰਨਾਂ ਦੀ ਕਾਰ ਬਣਾਈ, ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੇ ਨਾ ਪਾਏ। ਨਾਮ ਜਪਣ ਵਾਲਿਆਂ ਦੇ ਦੁਆਲੇ ਉਹ ਕਾਰ ਹੁੰਦੀ ਹੈ, ਤਾਂ ਮਹਾਰਾਜ ਰੱਖਿਆ ਕਰਦੇ ਹੈ, ਉੱਥੇ ਦੁੱਖਾਂ ਦੇ ਕਸ਼ਟਾਂ ਦੇ ਵਾਰ ਨਹੀਂ ਚੱਲਦੇ। ਜਿਹੜਾ ਵੀ ਦੇਵਤਾ ਜਾਂਦਾ ਉਹਦੇ ਤੇਜ ਦੇ ਅੱਗੇ ਖੜ ਨਹੀਂ ਪਾਉਂਦਾ, ਸੂਰਜ ਵਾਂਗੂ ਤੇਜ ਹੈ ਤੇ ਚੰਦਰਮਾ ਵਰਗੀ ਸ਼ੀਤਲਤਾ ਹੈ।
ਸਾਰੇ ਦੇਵਤੇ ਬਾਹਾਂ ਖੜੀਆਂ ਕਰ ਗਏ। ਕਹਿੰਦੇ ਮਹਾਰਾਜ ਉਹਦਾ ਪੁੰਨ ਇੰਨਾ ਵੱਧ ਗਿਆ, ਇੰਨਾ ਵੱਧ ਗਿਆ, ਸਾਡਾ ਜਪ ਤਪ ਵੀ ਉਹਦੇ ਅੱਗੇ ਕੋਈ ਸਮਰੱਥਾ ਨਹੀਂ ਰੱਖਦਾ, ਜ਼ੋਰ ਨਹੀਂ ਚੱਲਦਾ, ਸਾਡੇ ਵਸ ਤੋਂ ਬਾਹਰ ਦੀ ਗੱਲ, ਤੁਸੀਂ ਕਿਰਪਾ ਕਰੋ। ਭਗਵਾਨ ਵਿਸ਼ਨੂੰ ਗਏ ਬਾਵਨ ਰੂਪ ਧਾਰ ਕੇ, ਕਹਿਣ ਲੱਗੇ ਬਈ ਬਲੀ ਤੂੰ ਬੜਾ ਦਾਨ ਕਰ ਰਿਹਾ, ਜੱਗ ਕਰ ਰਿਹਾ, ਮੈਨੂੰ ਵੀ ਦਾਨ ਦੇ। ਹੁਣ ਜੱਗ ਦੀ ਮਰਜ਼ਾਦਾ, ਜੇ ਕੋਈ ਰਾਜੇ ਲੋਕ ਕਰਦੇ ਸਨ ਆਪਾਂ ਕੀ ਕਰ ਲੈਣਾ, ਜੋ ਵੀ ਕੋਈ ਮੰਗੇ ਦੇਣਾ। ਸੋ ਸਾਧ ਸੰਗਤ ਜੀ, ਇਹ ਜੱਗ ਦੀ ਮਰਿਆਦਾ ਹੁੰਦੀ ਹੈ ਵੀ ਕੋਈ ਵੀ ਮੰਗਤਾ ਆ ਜੇ, ਕੋਈ ਵੀ ਮੰਗ ਲਏ ਨਾ, ਉਹਨੂੰ ਦੇਣਾ ਹੁੰਦਾ, ਦੇਣ ਵਾਲੇ ਦੀ ਸਮਰੱਥਾ ਹੁੰਦੀ ਹੈ, ਇਹ ਵਿਧੀ ਵਿਧਾਨ। ਕਹਿੰਦੇ ਦੱਸੋ ਕੀ ਚਾਹੁੰਦੇ ਹੋ? ਕਹਿੰਦੇ ਬਈ ਢਾਈ ਕੁ ਗਜ ਥਾਂ ਚਾਹੀਦਾ, ਛੱਪਰੀ ਬੰਨ ਕੇ ਤੇਰੇ ਦਰ ਤੇ ਬਹਿ ਕੇ ਰੱਬ ਦਾ ਨਾਂ ਲੈਣਾ, ਬਸ ਹੋਰ ਕੁਝ ਨਹੀਂ। ਗੁਰੂ ਜਿਹੜਾ ਹੁੰਦਾ ਆਪਣੇ ਸੇਵਕ ਦੀ ਰੱਖਿਆ ਕਰਦਾ, ਗੁਰੂ ਦਾ ਆਸਰਾ ਇਸੇ ਕਰਕੇ ਪਕੜੀਦਾ ਵੀ ਗੁਰੂ ਸਾਹਿਬ ਸਾਡੀ ਰੱਖਿਆ ਕਰਨਗੇ ਲੋਕ ਪ੍ਰਲੋਕ ਵਿੱਚ। ਗੁਰੂ ਦੀ ਜ਼ਿੰਮੇਵਾਰੀ ਹੈ, ਨਗੁਰੇ ਦੀ ਕੋਈ ਬਾਹ ਨਹੀਂ ਫੜਦਾ। ਕਹਿਣ ਲੱਗਾ ਲੈ ਲਓ, ਕਹਿੰਦਾ ਐ ਨਹੀਂ, ਸੰਕਲਪ ਕਰ, ਜਲ ਲੈ ਕੇ ਹੱਥ ਵਿੱਚ ਨਾ ਪ੍ਰਣ ਕਰਨਾ, ਸੰਕਲਪ ਕਰ ਵੀ ਤੈਨੂੰ ਜੋ ਬਚਨ ਕਹੇ ਹੈ। ਸ਼ੁਕਰਾਚਾਰਜ ਆ ਗਏ, ਗੁਰੂ ਸੀ ਦੈਂਤ ਗੁਰੂ, ਸ਼ੁਕਰਾਚਾਰਜ ਹੈ, ਦੇਵ ਗੁਰੂ ਬ੍ਰਿਸਪਤ ਹੈ। ਕਹਿਣ ਲੱਗੇ ਬਾਲ, ਇਹ ਆਮ ਬ੍ਰਾਹਮਣ ਨੇ ਜਿਹੜਾ ਤੇਰੇ ਤੋਂ ਦਾਨ ਮੰਗ ਰਿਹਾ, ਇਹ ਭਗਵਾਨ ਵਿਸ਼ਨੂੰ ਹੈ, ਤੈਨੂੰ ਛੱਡਣ ਲੱਗਾ, ਬਾਜਾ ਜੇ ਤੋਂ ਬਚਿਆ ਜਾਂਦਾ। ਸਾਰੇ ਦੇਵਤਿਆਂ ਦਾ ਵਸ ਨਹੀਂ ਚੱਲਿਆ, ਪਰ ਇਹਦੀ ਮਾਰ ਤੋਂ ਨਹੀਂ ਤੇਰੇ ਤੋਂ ਬਚਿਆ ਜਾਣਾ, ਬਾਜਾ ਜੇ ਬਚਿਆ ਜਾਂਦਾ। ਦਾਨ ਕਰਨ ਦਾ ਸੰਕਲਪ ਨਾ ਕਰ ਬੈਠੀ, ਮਨਾ ਕਰਦੇ ਰੋਕਦੇ, ਗਲਤੀ ਨਾ ਕਰ। ਸਾਹਮਣੇ ਬਾਬਨ ਰੂਪ ਚ ਭਗਵਾਨ ਖੜੇ ਹੈ, ਸ਼ੁਕਰਾਚਾਰਜ ਨੂੰ ਰੋਕ ਰਿਹਾ। ਤਾਂ ਸਾਧ ਸੰਗਤ ਜੀ ਕੀ ਹੋਇਆ? ਬਲ ਕਹਿੰਦਾ ਹੈ ਗੁਰਦੇਵ, ਪਤਾ ਮੈਨੂੰ ਵੀ ਹੈ ਭਗਵਾਨ ਵਿਸ਼ਨੂੰ ਹੈ, ਪਰ ਮੈਨੂੰ ਇਹ ਦੱਸ ਕਿ ਭਗਵਾਨ ਵਿਸ਼ਨੂੰ ਅੱਜ ਤੱਕ ਕਿਹਦੇ ਦਰ ਤੇ ਮੰਗਤਾ ਬਣ ਕੇ ਗਿਆ? ਜੇ ਮੰਗਤਾ ਬਣ ਕੇ ਆਇਆ ਤਾਂ ਬਲੀ ਦੇ ਦਰ ਤੇ, ਬਲ ਰਾਜੇ ਦੇ ਦਰ ਤੇ ਮੰਗਤਾ ਬਣ ਕੇ ਆਇਆ। ਜੇ ਤੂੰ ਕਿਰਪਾ ਕੀਤੀ ਹੈ ਗੁਰਦੇਵ, ਸਿੱਧੇ ਰਸਤੇ ਦਾਨ ਪੁੰਨ ਦੇ ਪਾਇਆ, ਭਗਵਾਨ ਵੀ ਮੰਗਤਾ ਬਣ ਕੇ ਆਇਆ, ਮੈਂ ਖਾਲੀ ਨਹੀਂ ਮੋੜਨਾ ਇਹਨੂੰ। ਜਦੋਂ ਸਾਧ ਸੰਗਤ ਜੀ ਉਹ ਲੋਟੇ ਵਿੱਚੋਂ ਜਲ ਪਾਉਣ ਲੱਗਾ ਨਾ, ਸ਼ੁਕਰਾਚਾਰਜ ਸੂਖਮ ਰੂਪ ਧਾਰ ਕੇ ਉਹਦੀ ਨਾਲੀ ਦੇ ਵਿੱਚ ਬੈਠ ਗਿਆ, ਸੂਖਮ ਰੂਪ ਧਾਰ ਕੇ। ਜਲ ਨਿਕਲੇ ਨਾ, ਗੁਰੂ ਨੇ ਰੱਖਿਆ ਕਰਨੀ ਸੀ। ਬਲੀ ਸੋਚਦਾ ਵੀ ਪਾਣੀ ਬਾਹਰ ਨਹੀਂ ਆ ਰਿਹਾ, ਸਮਾਂ ਸੀ, ਸਮੇਂ ਵਿੱਚ ਕਰਨਾ ਹੁੰਦਾ। ਪੁੱਛਦਾ ਜੀ ਕਿਵੇਂ? ਬਾਬਨ ਰੂਪ ਕਹਿੰਦਾ ਜੀ ਛੇਕ ਕਰਦੇ ਕੋਈ ਚੀਜ਼ ਅੜ ਗਈ ਵਿੱਚ, ਜਲ ਤਾਂ ਨਹੀਂ ਨਿਕਲਦਾ। ਪਤਾ ਉਹਨੂੰ ਵੀ ਸੀ ਭਗਵਾਨ ਵਿਸ਼ਨੂੰ ਨੂੰ, ਉਹ ਤਿੱਖੀ ਵਸਤੂ ਮਾਰੀ ਤਾਂ ਉਹ ਅੱਖ ਵਿੱਚ ਵੱਜ ਗਈ। ਤਾਂ ਸ਼ੁਕਰਾਚਾਰਜ ਕਾਣਾ ਮੰਨਿਆ, ਜਿਹੜਾ ਦੈਤ ਗੁਰੂ ਹੈ ਉਹ ਇੱਕ ਤੁਪਕਾ ਹੀ ਡਿੱਗਿਆ, ਉਹ ਅੱਖ ਦਾ ਪਾਣੀ ਸੀ। ਕਹਿੰਦਾ ਬਸ ਸੰਕਲਪ ਹੋ ਗਿਆ,
ਵਿਰਾਟ ਰੂਪ ਧਾਰ ਲਿਆ ਧਰਤੀ ਤੋਂ ਲੈ ਕੇ ਆਕਾਸ਼ ਤੱਕ, ਘਰੋਂ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨਾ, ਗੁਰਬਾਣੀ ਵਿੱਚ ਆਇਆ। ਦੋ ਕਦਮਾਂ ਵਿੱਚ ਹੀ ਸਾਰੇ ਖੰਡ ਬ੍ਰਹਿਮੰਡ, ਇੱਕ ਕਦਮ ਵਿੱਚ ਤਾਂ ਧਰਤੀ ਮਿਣਤੀ, ਇੱਕ ਕਦਮ ਦੇ ਵਿੱਚ ਸਵਰਗ ਲੋਕ ਤੱਕ। ਕਹਿੰਦਾ ਵੀ ਅਜੇ ਢਾਈ ਕਰਮਾਂ ਨਹੀਂ ਪੂਰੀਆਂ ਹੋਈਆਂ, ਢਾਈ ਕਦਮ ਲੰਮਾ ਪੈ ਗਿਆ ਬਲ ਰਾਜਾ ਧਰਤੀ ਦੇ ਉੱਤੇ। ਕਹਿੰਦਾ ਭਗਵਾਨ ਮੇਰੀ ਦੇਹ ਵੀ ਧਰਤੀ ਹੈ, ਇਹ ਸਰੀਰ ਧਰਤੀ ਦਾ ਹਿੱਸਾ, ਸਥੂਲ ਤੱਤ ਹੈ ਜਿਹੜੇ ਦੋ, ਧਰਤੀ ਔਰ ਜਲ, ਇਹ ਸਥੂਲ ਤੱਤ ਮੰਨੇ ਆ ਤਾਂ ਆਪਣੀਆਂ ਦੇਹਾਂ ਸਾਧ ਸੰਗਤ ਜੀ ਸੰਸਾਰ ਵਿੱਚ ਇੱਕ ਦੂਜੇ ਨੂੰ ਤੁਰਦੀਆਂ ਦਿਸਦੀਆਂ। ਵੈਸੇ ਪੰਜਾਂ ਤੱਤਾਂ ਦੀ ਦੇਹ ਹੈ, ਇੱਕ ਤਾਂ ਅਗਨੀ ਹੈ, ਇੱਕ ਪਾਣੀ ਹੈ, ਇੱਕ ਆਕਾਸ਼ ਤੱਤ, ਇਹ ਤਿੰਨ ਸੂਖਮ ਹੈ, ਇਹ ਦਿਖਾਈ ਨਹੀਂ ਦਿੰਦੇ, ਪਰ ਆਪਣੇ ਵਿੱਚ ਪੰਜ ਹੈ। ਦੋ ਤੱਤਾਂ ਕਰਕੇ ਜਿਹੜੀ ਦੇਹ ਹੈ ਨਾ, ਦੇਹ ਨੂੰ ਮਿੱਟੀ ਕਿਉਂ ਕਹਿੰਦੇ ਆਪਾਂ, ਇਹ ਮਿੱਟੀ ਦੀ ਅੰਸ਼ ਹੈ, ਤਾਂ ਹੀ ਮਿੱਟੀ ਵਿੱਚ ਚਲੀ ਜਾਂਦੀ ਹੈ, ਰਲ ਕੇ ਉਹਦਾ ਰੂਪ ਬਣ ਜਾਂਦੀ ਹੈ। ਪਾਣੀ ਕਰਕੇ ਇਹਦਾ ਭਾਰਾਪਣ ਹੈ, ਜੇ ਪਾਣੀ ਨਾ ਹੁੰਦਾ ਤਾਂ ਇਹ ਦੇਹਾਂ ਉੱਡਦੀਆਂ ਹੁੰਦੀਆਂ। ਇਸ ਕਰਕੇ ਕਹਿਣ ਲੱਗਾ ਇਹ ਦੇਹ ਹੀ ਮੇਰੀ ਧਰਤੀ ਹੈ, ਹੇ ਭਗਵਾਨ ਹੁਣ ਹੋਰ ਮੇਰੇ ਕੋਲ ਕੁਝ ਨਹੀਂ। ਛਾਤੀ ਤੇ ਪੈਰ ਰੱਖਿਆ, ਪਤਾਲ ਵਿੱਚ ਧੱਕਤਾ, ਜਦੋਂ ਤੁਰਨ ਲੱਗਾ ਨਾ ਘੁੱਟ ਕੇ ਚਰਨ ਫੜ ਲਿਆ। ਕਹਿੰਦਾ ਮੈਂ ਆਪਣਾ ਬਚਨ ਨਿਭਾ ਤਾ, ਹੁਣ ਪਾ ਇੱਥੇ ਕੁੱਲੀ ਕਰ ਤਪ, ਕਰ ਭਜਨ, ਇੱਥੇ ਕਿੱਥੇ ਜਾਵੇਂਗਾ, ਭਜਨ ਕਰਨਾ ਪਿਆ ਭਗਵਾਨ। ਫੇਰ ਹੁਣ ਭਗਵਾਨ ਨੂੰ ਕੌਣ ਛਡਾਵੇ, ਉੱਥੋਂ ਛੁੱਟੇ ਕਿਵੇਂ ਦੇਵਤਿਆਂ ਵਿੱਚ, ਉਹ ਵੀ ਹਾਹਾਕਾਰ ਮੱਚ ਗਈ। ਤੋ ਫੇਰ ਕਹਿੰਦੇ ਮਾਤਾ ਲਕਸ਼ਮੀ ਆਈ ਬਲ ਦੇ ਕੋਲੇ, ਉਹਦੇ ਘਰ ਉਹਦੇ ਕੋਲੇ ਬੈਠਾ, ਉਹਦੀ ਦੇਹ ਕੋਲੇ ਤਪ ਕਰ ਰਿਹਾ। ਕਹਿਣ ਲੱਗਾ ਤੂੰ ਕਿਉਂ ਆਈ ਹੈ? ਕਹਿਣ ਲੱਗੀ ਮੈਂ ਕੁਝ ਮੰਗਣ ਆਈ। ਕਹਿਣ ਲੱਗਾ ਤੇਰਾ ਪਤੀ ਸਭ ਕੁਝ ਲੈ ਗਿਆ, ਹੁਣ ਕੀ ਹੈ? ਕਹਿੰਦੀ ਨਹੀਂ, ਖਾਲੀ ਨਾ ਮੋੜ। ਉਸ ਸਮੇਂ ਕਹਿਣ ਲੱਗਾ ਚੰਗਾ ਮਾਂ ਤੂੰ ਵੀ ਮੰਗ ਲੈ ਜੋ ਮੰਗਣਾ। ਕਹਿਣ ਲੱਗੀ ਆਪਣਾ ਭਰਾ ਬਣਾ ਮੈਨੂੰ। ਕਹਿੰਦਾ ਬਣਾ ਲਿਆ। ਉਹ ਹੱਥ ਉੱਤੇ ਨਾ ਧਾਗਾ ਬਣਾਇਆ ਉਹਨੇ ਬਲ ਰਾਜੇ ਨੇ। ਮੈਂ ਤੁਹਾਨੂੰ ਬੜੀ ਇਹ ਸ਼ਾਸਤਰਾਂ ਵਿੱਚ ਕਥਾ ਆਉਂਦੀ, ਬੜੀ ਬੜੀ ਇਹਦਾ ਅਦਭੁਤੀ ਰਸ ਹੈ। ਧਾਗਾ ਬਣਾਇਆ, ਭਰਾ ਬਣਾਉਣ ਦਾ ਪ੍ਰਣ ਲਿਆ। ਜਦੋਂ ਭਰਾ ਬਣ ਗਿਆ ਬਲ ਰਾਜਾ ਨਾ, ਉਹ ਧਾਗਾ ਬਣਾਇਆ ਤਾਂ ਉਸ ਸਮੇਂ ਫਿਰ ਕਹਿਣ ਲੱਗੀ ਭਰਾ ਪਤੀ ਤੋਂ ਬਿਨਾਂ ਇਸਤਰੀ ਦਾ ਜੀਵਨ ਨਹੀਂ ਹੁੰਦਾ। ਤੂੰ ਮੇਰਾ ਭਰਾ ਬਣ ਗਿਆ, ਮੇਰੇ ਪਤੀ ਨੂੰ ਛੱਡ ਦੇ, ਇਹਨੂੰ ਜਾਣ ਦੀ ਆਗਿਆ ਦੇ। ਆ ਜਿਹੜਾ ਰਕਸ਼ਾ ਬੰਧਨ ਚੱਲਿਆ ਨਾ, ਜਿਹਨੂੰ ਆਪਾਂ ਰੱਖੜੀ ਕਹਿੰਦੇ ਹਾਂ, ਐਵੇਂ ਗੱਲਾਂ ਬਣਾਈ ਜਾਂਦੇ ਲੋਕ, ਇਹ ਉਦੋਂ ਤੋਂ ਚੱਲਿਆ। ਲਕਸ਼ਮੀ ਨੇ ਬਲ ਰਾਜੇ ਨੂੰ ਆਪਣਾ ਭਰਾ ਬਣਾਇਆ ਸੀ। ਭਰਾ ਬਣਨ ਦਾ ਬਚਨ ਦਿੱਤਾ ਸੀ, ਮਤਲਬ ਹੈ ਆਪਣੀਆਂ ਭੈਣਾਂ ਜਿੰਨੀਆਂ ਵੀ, ਇਹ ਰਕਸ਼ਾ ਬੰਧਨ ਇੱਕ ਪ੍ਰਵਿਰਤੀ ਬਣਾ ਲਈ, ਪਰ ਜਿਹਨੂੰ ਇੱਕ ਵਾਰੀ ਭੈਣ ਕਹਿ ਤਾਂ ਉਹਨੂੰ ਭਰਾ ਬਣ ਕੇ ਦਿਖਾਉਣਾ, ਜੀਵਨ ਵਿੱਚ ਉਹਦੀ ਇੱਜ਼ਤ ਪੱਤ ਦੀ ਰਖਵਾਲੀ ਕਰਨੀ, ਇਹ ਤਾਂ ਇਹ ਪਰੰਪਰਾ ਚੱਲੀ ਹੈ, ਇਹਨੂੰ ਰਕਸ਼ਾ ਬੰਧਨ ਤਾਂ ਕਹਿੰਦੇ ਆ। ਹੁਣ ਤਾਂ ਲੋਕ ਰੱਖੜੀ ਰੱਖੀ ਰਾਖੀ ਵੀ ਕਹੀ ਜਾਂਦੇ ਆ,
ਸੋ ਆਪਣੀ ਭੈਣ ਦੀ ਰੱਖਿਆ ਕੀਤੀ, ਉਹਦਾ ਪਤੀ ਔਰ ਉਹਦੀ ਪੱਤ ਟੱਕੀ। ਸੋ ਫਿਰ ਭਗਵਾਨ ਨੇ ਵਰਦਾਨ ਦਿੱਤਾ, ਕਹਿਣ ਲੱਗੇ ਬਲ ਤੇਰੀ ਕੁੱਲ ਵਿੱਚ ਮੈਂ ਭਗਤ ਰੂਪ ਵਿੱਚ ਆਊਂਗਾ। ਫਿਰ ਧਰੂ ਰੂਪ ਵਿੱਚ ਆਏ, ਫਿਰ ਪ੍ਰਹਿਲਾਦ ਰੂਪ ਵਿੱਚ ਆਏ, ਤੇਰੀ ਕੁਲਾਂ ਦਾ ਆਧਾਰ ਕਰੂੰਗਾ। ਪ੍ਰਹਿਲਾਦ ਜਨ ਕੇ ਇੱਕੀ ਕੁੱਲ ਉਧਾਰੇ। ਇਉਂ ਭਾਈ ਇਹ ਸੰਗਤ ਜੀ ਕਹਿਣ ਤੋਂ ਭਾਵ ਹੈ ਇਹ ਦਾਨ ਪੁੰਨ ਦਾ ਏਡਾ ਵੱਡਾ ਫਲ ਹੈ, ਉਹਦਾ ਤੇਜ ਇੰਨਾ ਵੱਧ ਗਿਆ ਕਿਸੇ ਦੀ ਪੇਸ਼ ਨਹੀਂ ਜਾਂਦੀ ਸੀ। ਇਉਂ ਵਿਚਾਰ ਚੱਲ ਰਹੀ ਹੈ ਬਈ ਗੰਗਾ ਕਾ ਨੀਰ, ਇੰਨਾ ਨਿਰਮਲ ਜੀਵਨ ਉਹਦਾ ਹੋ ਜਾਂਦਾ, ਦੁੱਖ ਪਰਮੇਸ਼ਰ ਉਹਦੇ ਕੱਟ ਦਿੰਦਾ, ਐਨ ਸੁੱਖ ਸਮਿਰਧੀ ਪਦਾਰਥ ਉਹਦੇ ਘਰ ਵਿੱਚ ਆ ਜਾਂਦੇ ਹੈ, ਉਹਦੀ ਮਾਇਆ ਮਾੜੇ ਪਾਸੇ ਨਹੀਂ ਲੱਗਦੀ ਹੈ। ਧਰਮ ਗ੍ਰਸਤ ਕੋ ਦਾਨ ਗਹੀਰ, ਗ੍ਰਸਤੀ ਦਾ ਵੱਡਾ ਧਰਮ ਕੀ ਹੈ? ਦਾਨ ਕਰਨਾ। ਜਪ ਤਾਂ ਪਾਪਾ ਕਰ ਨਹੀਂ ਸਕਦੇ, ਜਿੰਨਾ ਸਰ ਬਣਿਆਵੇ। ਇਹ ਨਹੀਂ ਕਿ ਹੁਣ ਸਮਰੱਥਾ ਆਪਣੇ ਕੋਲ ਹਜ਼ਾਰਾਂ ਦੀ ਹੈ ਅਤੇ ਕੋਈ ਕਹੇ ਤੁਸੀਂ ਧੱਕੇ ਨਾਲ ਲੱਖਾਂ ਹੀ ਦਿਓ, ਉਹ ਵੀ ਠੀਕ ਨਹੀਂ। ਜਿਹੜਾ ਜੋਹਰੀ ਮੰਗੇ ਦਾਨ ਵੇ ਲਾ ਲਓ, ਜ਼ੋਰ ਨਾਲ ਮੰਗਦਾ ਉਹ ਤਾਂ ਜ਼ੁਲਮ ਹੀ ਕਰਦਾ ਨਾ। ਫਿਰ ਜਿੰਨੀ ਸਮਰੱਥਾ ਕਰੋ, ਭਾਵੇਂ ਇੱਕ ਦਾਣੇ ਦਾ ਹੀ ਕਰਦਾ, ਕਰੋ ਜ਼ਰੂਰ, ਆਪਣੀ ਨੇਕ ਕਮਾਈ ਨੂੰ ਸਫਲੀ ਕਰੋ, ਗੁਰੂ ਘਰ ਕਰੋ, ਲੋੜਵੰਦਾਂ ਦੀ ਸੇਵਾ ਕਰੋ, ਦਸਵੰਧ ਗੁਰੂ ਘਰ 'ਚ ਦਿਓ। ਨਹੀਂ ਵੀ ਚਲੋ ਦਸਵੰਧ ਦਿੱਤਾ ਜਾਂਦਾ, ਥੋੜ੍ਹਾ ਥੋੜ੍ਹਾ ਜ਼ਰੂਰ ਹੀ ਕਰੋ, ਜਿੰਨਾ ਵੀ ਹੁੰਦਾ ਕਰਨਾ ਹੀ ਚਾਹੀਦਾ ਹੈ। ਗ੍ਰਸਤੀ ਦਾ ਵੱਡਾ ਧਰਮ ਦਾਨ ਕਰਨਾ ਹੈ। ਜਿਉ ਜਿਉ ਕਰਦੇ ਨਰਾਇਣ ਮਝਾਰਾ, ਕਿਵੇਂ ਕਿਵੇਂ ਰਾਤ ਦਿਨੇ ਇਹ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਗ੍ਰਸਤੀ ਨੂੰ। ਵਸਤਰ ਨਗਨ ਕੋ ਸ਼ੁੱਧਤ ਆਹਾਰਾ, ਨੰਗੇ ਨੂੰ ਵਸਤਰ, ਭੁੱਖੇ ਨੂੰ ਭੋਜਨ ਦੇਣਾ ਕਰੇ। ਅਪਰ ਬਹੁ ਵਿਦ ਕੇ ਅਹ, ਪੁੰਨ ਕਰਨੇ ਦਾਨ ਕਰਨੇ ਤਾਂ ਬਹੁਤ ਤਰ੍ਹਾਂ ਦੇ ਆ ਲੋਕਾਂ ਨੇ ਤਾਂ ਸਾਧ ਸੰਗਤ ਜੀ। ਹੁਣ ਰਾਜਾ ਹਰੀਚੰਦ ਸਭਾ ਮਨ ਪੱਕਾ ਸੋਨਾ ਹੀ ਰੋਜ਼ ਦਾਨ ਕਰਦਾ ਸੀ, ਉਹਦੀ ਸਮਰੱਥਾ ਸੀ, ਸਾਡੀ ਨਹੀਂ ਹੈਗੀ, ਅਸੀਂ ਕਿਣਕਾਂ ਵੀ ਨਹੀਂ ਕਰ ਸਕਦੇ, ਉਹ ਕਰਦਾ ਰਿਹਾ। ਪਰ ਮਹਾਰਾਜ ਕਹਿੰਦੇ ਉਹ ਦਾਨ ਹੈਗੇ ਜ਼ਰੂਰ ਹੈ। ਕੋਈ ਹੀਰੇ ਕਰਦਾ ਸੇਜਾ ਨਾਰੀ ਗੱਡ ਦਾਨ, ਐਸੋ ਐਸੋ ਦਾਨ ਨਿਤ ਨਿਤ ਕੀਜਿਆ। ਲੋਕ ਧਰਤੀਆਂ ਦਾ ਦਾਨ ਕਰਦੇ, ਰਾਜ ਵੀ ਦਾਨ ਕਰ ਦਿੰਦੇ ਸਨ, ਕਰਦੇ ਸਨ ਲੋਕ, ਬੜਾ ਬੜਾ ਦਾਨ ਕਰਦੇ ਸਨ, ਕਰਦੇ ਵੀ ਅੱਜ ਵੀ ਕਰਦੇ ਆ, ਕਰਨ ਵਾਲੇ ਕਰੀ ਜਾਂਦੇ, ਧਰਮੀਆਂ ਦਾ ਅੰਤ ਹੀ ਨਹੀਂ ਦੁਨੀਆਂ ਵਿੱਚ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਤਾ ਨਹੀਂ ਕਿੱਥੋਂ ਕਿੱਥੋਂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੇਵਾ ਆ ਰਹੀ ਹੈ, ਆਪਾਂ ਨੂੰ ਪਤਾ ਹੀ ਨਹੀਂ। ਗੁਰੂ ਘਰਾਂ 'ਚ ਸੇਵਾ ਆ ਰਹੀ ਹੈ, ਸੀਸਗੰਜ ਸਾਹਿਬ ਸੇਵਾ ਆ ਰਹੀ ਹੈ। ਪਰ ਕਹਿੰਦੇ ਦਾਨ ਤਾਂ ਬਹੁਤ ਤਰ੍ਹਾਂ ਦੇ ਹਨ, ਤਉ ਨ ਸੰਤਾ ਇਸ ਕੀ ਲਹਿ। ਆਖੋ ਭਾਈ ਵਾਹਿਗੁਰੂ, ਲੰਗਰ ਕਰਨ ਦਾ ਦਾਨ ਤੇ ਵਸਤਰ ਦੇਣ ਦਾ ਦਾਨ ਇਹਦੇ ਬਰਾਬਰ ਕਹਿੰਦੇ ਕੋਈ ਨਹੀਂ ਹੈ। ਅੰਨ ਦਾਨ ਸਰਵੋਤਮ ਦਾਨ ਹੈ, ਸਭ ਤੋਂ ਵੱਡਾ ਦਾਨ ਇਹੀ ਹੈ। ਜਦੋਂ ਕਰਨ ਕਹਿੰਦੇ ਸਰੀਰ ਤਿਆਗ ਕੇ ਸਵਰਗ ਵਿੱਚ ਗਿਆ ਨਾ, ਮਹਾਂਭਾਰਤ ਦੇ ਜੰਗ ਵਿੱਚ ਕਰਨ ਮਾਰਿਆ ਗਿਆ, ਉਹ ਸਮਾਂ ਮਨ ਦਾਨ ਸੋਨੇ ਦਾ ਹੀ ਕਰਦਾ ਸੀ। ਸੰਗਤ ਜੀ ਸੁਣਨ ਵਾਲਾ ਸੰਕੇਤਕ ਬਚਨ, ਸਵਾ ਮਨ ਸੋਨਾ ਕਰਨਾ ਉਹਨੇ ਰੋਜ਼ ਦਾਨ। ਜਦੋਂ ਗਿਆ ਨਾ ਸਵਰਗ ਲੋਕ ਵਿੱਚ ਉਹਦੀ ਸੂਖਮ ਦੇਹ, ਉਹਨੂੰ ਭੁੱਖ ਲੱਗ ਗਈ, ਪਿਆਸ ਲੱਗ ਗਈ, ਸੋਨੇ ਦੇ ਥਾਲ ਵਿੱਚ ਸੋਨਾ ਪਾ ਕੇ ਉਹਦੇ ਅੱਗੇ ਰੱਖਤਾ, ਕਹਿੰਦੇ ਖਾ ਲੈ। ਕਹਿੰਦਾ ਸੋਨਾ ਖਾਣ ਵਾਲੀ ਵਸਤੂ ਹੈ?
ਕਹਿੰਦੇ ਜਿਹੜਾ ਦਾਨ ਕੀਤਾ ਉਹੀ ਮਿਲਣਾ ਤੈਨੂੰ, ਕਰ ਕੀ ਦਈਏ ਹੋਰ। ਜੇ ਤੂੰ ਅੰਨ ਦਾਨ ਕੀਤਾ ਹੁੰਦਾ, ਪਿਆਸਿਆਂ ਨੂੰ ਪਾਣੀ ਪਿਆ ਹੁੰਦਾ, ਮਿਲ ਜਾਂਦਾ, ਤੂੰ ਦਿੱਤਾ ਹੀ ਸੋਨਾ। ਫਿਰ ਸਾਧ ਸੰਗਤ ਜੀ ਦੱਸਦੇ ਹੈ ਵੀ ਕਰਨ ਨੇ ਫਿਰ ਆ ਜਿਹੜੇ ਸ਼ਰਾਧਾਂ ਦੇ ਵਿੱਚ ਆ ਕੇ ਦੁਬਾਰਾ ਸੂਖਮ ਦੇਹੀ ਦੁਆਰਾ ਆਪਣੇ ਪਰਿਵਾਰ ਨੂੰ ਅੱਗੇ ਕਿਹਾ, ਉਹਨਾਂ ਨੇ ਫਿਰ ਅੰਨ ਦਾ ਦਾਨ ਲਾਇਆ, ਤਾਂ ਉਹਨੂੰ ਅੰਨ ਦਾ ਦਾਨ ਸਵਰਗ ਦੇ ਵਿੱਚ ਉਹਦਾ ਫਲ ਮਿਲਿਆ। ਇਹ ਸਵਰਗ ਦੇ ਵਿੱਚ ਹਿਸਾਬ ਕਿਤਾਬ ਚੱਲਦੇ ਆ। ਗੁਰਸਿੱਖਾਂ ਦਾ ਹਿਸਾਬ ਕਿਤਾਬ ਸੱਚਖੰਡ ਵਿੱਚ ਹੈ। ਨਾ ਗੁਰਸਿੱਖ ਪੁੰਨੀ ਪਾਪੀ ਆਖਣ, ਨਾ ਜਿਹੜਾ ਪੁੰਨ ਕਰੇਗਾ ਸਵਰਗ ਵਿੱਚ ਜਾਏਗਾ, ਪਾਪ ਕਰੇਗਾ ਨਰਕਾਂ 'ਚ ਜਾਏਗਾ। ਨਾ ਸਿੱਖ ਨਰਕਾਂ ਵਿੱਚ ਜਾਂਦਾ, ਨਾ ਹੀ ਸਵਰਗਾਂ ਵਿੱਚ। ਕਬੀਰ ਸਾਹਿਬ ਨੇ ਕਿਹਾ ਨਾ ਗੁਰਬਾਣੀ ਦੇ ਵਿੱਚ, ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਮੇਰੇ ਤਾਂ ਪਿੱਛੇ ਰਹਿ ਗਏ, ਕਹਿੰਦੇ ਨਰਕ ਵੀ ਸਵਰਗ ਵੀ, ਮੈਂ ਸੱਚਖੰਡ ਵਿੱਚ ਹੈ। ਪਰ ਇਹ ਵਿਚਾਰ ਹੁੰਦੀ ਹੈ ਬਈ ਜਿਹੋ ਜਿਹਾ ਕੋਈ ਦਾਨ ਕਰਦਾ ਉਹੋ ਜਿਹਾ ਉਹਨੂੰ ਫਲ ਮਿਲ ਜਾਂਦਾ। ਇਸ ਕਰਕੇ ਅੰਨ ਦਾਨ ਸਰਵੋਤਮ ਦਾਨ ਮੰਨਿਆ, ਭੁੱਖਿਆਂ ਨੂੰ ਭੋਜਨ ਛਕਾਉਣਾ। ਆਪਾਂ ਨੂੰ ਗੁਰੂ ਨਾਨਕ ਸਾਹਿਬ ਜਿਹੜਾ ਲੰਗਰ ਲਾ ਕੇ ਦੇ ਗਏ ਨਾ 20 ਰੁਪਿਆਂ ਦਾ, ਆਪਣੀ ਕੌਮ ਉਹਦੇ ਸਿਰ 'ਤੇ ਦੁਨੀਆਂ ਵਿੱਚ ਰਾਜ ਕਰ ਰਹੀ ਹੈ। ਦੁਨੀਆਂ ਵਿੱਚ ਥਾਂ ਪਰ ਥਾਂ ਰਾਜ ਹੀ ਹੈ ਨਾ, ਜਿੱਥੇ ਜਿੱਥੇ ਕੋਈ ਦੁਨੀਆਂ ਵਿੱਚ ਸਿੱਖ ਬੈਠੇ ਆ। ਜੇ ਮਹਾਰਾਜ ਤੁਹਾਨੂੰ ਲੰਗਰ ਨਾ ਦੇ ਕੇ ਜਾਂਦੇ, ਆਪਾਂ ਵੀ ਭੁੱਖੇ ਮਰਦੇ, ਕਹਿੰਦਾ ਟੱਕਰਾਂ ਮਾਰਦੇ ਫਿਰਨਾ ਸੀ। ਜਿਹੜਾ ਤੁਸੀਂ ਲੰਗਰ ਛਕਾਈ ਜਾਂਦੇ ਆ ਨਾ, ਇਹੀ ਰੱਬ ਤੁਹਾਡੀ ਮਹਾਰਾਜ ਰੱਖਿਆ ਕਰੀ ਜਾਂਦੇ ਆ, ਬਚਾਈ ਜਾਂਦੇ ਆ। ਨਹੀਂ ਤਾਂ ਸਿੱਖ ਕੌਮ ਨੂੰ ਮਾਰਨ ਵਾਲੀਆਂ ਸ਼ਕਤੀਆਂ ਬਹੁਤ ਹਮਲੇ ਕਰਨੀਆਂ। ਕੋਈ ਸਾਡੀ ਖੈਰ ਮੰਗਣ ਵਾਲਾ ਥੋੜ੍ਹਾ ਹੈ, ਤੁਹਾਡੀ ਪੱਗ ਨੂੰ, ਤੁਹਾਡੇ ਸੁੱਖ ਨੂੰ, ਤੁਹਾਡੀਆਂ ਸਰਦਾਰੀਆਂ ਨੂੰ ਕੋਈ ਦੇਖ ਕੇ ਥੋੜ੍ਹਾ ਡਰਦਾ? ਈਰਸ਼ਾ ਆ ਗਈ ਨਾ ਮਨ ਵਿੱਚ। ਇਸ ਕਰਕੇ ਜਿਹੜਾ ਤੁਸੀਂ ਲੰਗਰ ਚਲਾ ਰਹੇ ਹੋ ਗੁਰੂ ਸਾਹਿਬ ਦੇ ਬਚਨ ਮੰਨ ਕੇ, ਮਹਾਰਾਜ ਉਹਦੇ ਕਰਕੇ ਸਾਨੂੰ ਬਚਾਈ ਜਾਂਦਾ, ਸੇਵਾ ਹੀ ਤੁਹਾਡੀ ਬਚਾਈ ਜਾਂਦੀ। ਸੋ ਇਸ ਕਰਕੇ ਕਹਿੰਦੇ ਇਹਦੀ ਬਰਾਬਰਤਾ ਨਹੀਂ ਹੈ ਜਿਹੜਾ ਅੰਨ ਦਾਨ ਕਰਨਾ, ਵਸਤਰ ਦੇਣਾ ਨੰਗੇ ਨੂੰ। ਦਾਨ ਸ਼ਾਂਤ ਕੀ ਇਹ ਸੁਖਦਾਈ, ਇਹਦਾ ਫਲ ਦੱਸਦੇ ਇਹ ਸ਼ਾਂਤ ਕੀ, ਸ਼ਾਂਤੀ ਦੇਣ ਵਾਲਾ, ਸੁਖ ਦੇਣ ਵਾਲਾ ਦਾਨ ਹੈ। ਭਗਤ ਉਪਾਵੈ ਕਸ਼ਟ ਮਿਟਾਈ, ਇਹ ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਪੈਦਾ ਕਰਦਾ ਹੈ ਔਰ ਸਾਰੇ ਕਸ਼ਟ ਵੀ ਮੇਟ ਦਿੰਦਾ ਜਿਹੜਾ ਅੰਨ ਦਾਨ ਕਰਨਾ ਲੰਗਰ ਚਲਾਉਣਾ ਹੈ। ਸਤਿਗੁਰ ਉਚਰੇ ਉਪਦੇਸ਼, ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਇਹਨਾਂ ਸਿੱਖਾਂ ਨੂੰ ਬੜੇ ਪ੍ਰੇਮ ਦੇ ਨਾਲ। ਬੜੇ ਦੁਰਗੇ ਸੁਣਿਓ ਅਸ਼ੇਸ਼, ਅਸ਼ੇਸ਼ ਦਾ ਅਰਥ ਹੁੰਦਾ ਸਾਰਾ ਸਾਰਾ ਉਪਦੇਸ਼। ਕੰਨ ਖੋਲ ਕੇ ਕੱਲਾ ਕੱਲਾ ਬਚਨ ਇਹਨਾਂ ਗੁਰਮੁਖ ਸਿੱਖਾਂ ਨੇ ਸੁਣਿਆ। ਆਪਣੀ ਹਾਲਤ ਇਹ, ਆਪਾਂ ਬਾਹਰ ਜਾਈਏ ਸਭ ਕੁਝ ਭੁੱਲ ਜਾਣਾ, ਵਿਰਲਿਆਂ ਦੇ ਚੇਤੇ ਰਹਿਣਾ, ਉਹਦਾ ਮਤਲਬ ਕੀ? ਅਸੀਂ ਧਿਆਨ ਨਾਲ ਸੁਣਿਆ ਨਹੀਂ, ਇਕਾਗਰ ਨਹੀਂ ਕੀਤਾ, ਮਨ ਹੋਰੇ ਪਾਸੇ ਮਨ ਲਈ ਗਏ। ਸਾਰਾ ਉਪਦੇਸ਼ ਸੁਣਿਆ, ਬੜੇ ਧਿਆਨ ਨਾਲ ਮਨ ਵਿੱਚ ਵਸਾਇਆ। ਬੰਦਨ ਕੀਨ ਸਦਨ ਕੋ ਗਏ, ਸਤਿਗੁਰੂ ਜੀ ਤੋਂ ਸੇਵਾ ਦਾ ਉਪਦੇਸ਼ ਲੈ ਕੇ ਨਮਸਕਾਰ ਕਰਕੇ ਘਰ ਨੂੰ ਚਲੇ ਗਏ ਸਿੱਖ। ਗੁਰ ਕੋ ਕਹਿਓ ਕਮਾਵਤ ਭਏ, ਸਤਿਗੁਰੂ ਜੀ ਦਾ ਕਿਹਾ ਕਮਾਉਣ ਲੱਗ ਪਏ, ਜੋ ਮਹਾਰਾਜ ਜੀ ਨੇ ਕਿਹਾ ਉਵੇਂ ਕਰਨ ਲੱਗ ਪਏ ਹਨ। ਬਹੁ ਸਿੱਖ ਆਵੈ ਦੇਹ ਆਹਾਰਾ, ਬਹੁਤ ਸਿੱਖ ਘਰ ਵਿੱਚ ਆਉਂਦੇ, ਆਇਆਂ ਨੂੰ ਭੋਜਨ ਲੰਗਰ ਤਿਆਰ ਕਰਕੇ ਛਕਾਉਂਦੇ ਆ। ਸਤਿਰ ਕਹਿ ਭਾਉ ਵੱਡ ਧਾਰਾ, ਬਹੁਤਾ ਪ੍ਰੇਮ ਧਾਰਨ ਕਰਦੇ ਆ, ਆਦਰ ਨਾਲ ਸਿੱਖਾਂ ਨੂੰ ਬੁਲਾ ਬੁਲਾ ਕੇ ਸੇਵਾ ਕਰਦੇ ਹਨ। ਇੰਨੇ ਸੇਵਾ ਕਰਦਿਆਂ ਕਈ ਦਿਨ ਗੁਜ਼ਰ ਗਏ, ਲਗਾਤਾਰ ਸੇਵਾ ਵਿੱਚ ਹੀ ਲੱਗੇ ਰਹੇ।
ਪਰਬ ਦਿਵਸ ਗੁਰ ਜਾਏ ਨਿਹਰਤੇ। ਕੋਈ ਗੁਰਪੁਰਬ ਹੈ, ਕੋਈ ਪੁਰਬਾਂ ਵਾਲਾ ਪਵਿੱਤਰ ਸੰਗਰਾਂਦ ਮੱਸਿਆ ਪੁੰਨਿਆਂ ਦੇ ਦਿਹਾੜੇ ਹੈ, ਇਹ ਸਿੱਖ ਦਿਹਾੜੇ ਆ, ਇਹਨਾਂ ਤੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ। ਮੱਸਿਆ ਕਿਉਂ ਲੱਗਦੀ ਹੈ ਜਦੇ, ਪੁੰਨਿਆ ਕਿਉਂ ਲੱਗਦੀ ਹੈ, ਸੰਗਰਾਂਦ ਕਿਉਂ ਮਨਾਈ ਜਾਂਦੀ ਹੈ? ਸਿੱਖ ਰੋਜ਼ ਨਹੀਂ ਗੁਰੂ ਘਰਾਂ 'ਚ ਆ ਜਾ ਸਕਦੇ ਸਨ, ਫਿਰ ਇਹਨਾਂ ਦਿਹਾੜਿਆਂ 'ਤੇ ਸੰਗਤਾਂ ਸ਼ਬਦ ਪੜ੍ਹਦੀਆਂ ਜਥਿਆਂ ਦੇ ਰੂਪ ਵਿੱਚ ਮਹਾਰਾਜ ਦੇ ਦਰਸ਼ਨ ਕਰਨ ਜਾਂਦੀਆਂ। ਸੰਤ ਬਾਬਾ ਗੁਰਬਚਨ ਸਿੰਘ ਜੀ ਡੰਡਿਆਂ ਵਾਲੇ ਕਿੰਨੇ ਸਾਲ ਪੈਦਲ ਇੱਥੋਂ ਨੰਗੇ ਚਰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਅਤੇ ਇਸ਼ਨਾਨ ਕਰਨ ਜਾਂਦੇ, ਕਿੰਨੇ ਬਲੀ ਮਹਾਂਪੁਰਖ ਸਨ ਸਾਧ ਸੰਗਤ ਜੀ, ਰੋਜ਼ ਬਿਨਾਂ ਨਾਗਾ ਜਿਨ੍ਹਾਂ ਦੇ ਤਪ ਅਸਥਾਨ 'ਤੇ ਬੈਠੇ ਹੈ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਤੋਂ ਵਰੋਸਾ ਆਏ, ਬੜੇ ਤਪੱਸਵੀ ਮਹਾਂਪੁਰਖ ਸਨ, ਪੈਦਲ ਨੰਗੇ ਚਰਨੀ ਤੁਰ ਕੇ ਰੋਜ਼ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਪਹੁੰਚਣਾ, ਇਸ਼ਨਾਨ ਕਰਨਾ ਅਤੇ ਦਰਸ਼ਨ ਕਰਕੇ ਮੁੜ ਕੇ ਆਉਣਾ, ਇੰਨੀ ਉਹਨਾਂ ਦੀ ਭਾਵਨਾ ਔਰ ਸ਼ਰਧਾ। ਸੋ ਇਉਂ ਇਹ ਤਾਂ ਭਾਈ ਇਹਨਾਂ ਦਿਹਾੜਿਆਂ 'ਤੇ ਅੱਜ ਵੀ ਸੰਗਤ ਉੱਥੇ ਲੱਖਾਂ ਦੀ ਗਿਣਤੀ ਵਿੱਚ ਜਾਂਦੀ ਹੈ। ਮੱਸਿਆ ਸਮੱਸਿਆ ਕਹਿਣ ਵਾਲਿਆਂ ਨੇ ਤੁਰ ਜਾਣਾ, ਨੇਕਾਂ ਹੀ ਆਏ ਨੇਕਾਂ ਹੀ ਤੁਰ ਗਏ, ਨਿੰਦਿਆ ਕਰਨ ਵਾਲੇ ਨਾ ਇਹ ਰਹੇ ਨਾ ਇਹਨਾਂ ਨੇ ਰਹਿਣਾ। ਇਹ ਮੱਸਿਆ ਐਵੇਂ ਲੱਗਦੀ ਰਹਿਣੀ ਹੈ ਗੁਰੂ ਘਰ ਦੀ, ਇਹ ਸੰਗਰਾਂਦਾਂ ਐਵੇਂ ਲੱਗਦੀਆਂ ਰਹਿਣੀਆਂ, ਇਹ ਪੁੰਨਿਆ ਐਵੇਂ ਲੱਗੀ ਰਹਿਣੀ ਹੈ। ਗੁਰੂ ਦੇ ਮੇਲੇ, ਗੁਰੂ ਦੇ ਜੋੜ ਮੇਲੇ, ਸ਼ਹੀਦਾਂ ਦੇ ਮੇਲੇ, ਇਹ ਲੱਗਦੇ ਰਹਿਣੇ ਆ, ਰੁਕਣੇ ਨਹੀਂ ਹਨ। ਪਰਬ ਦਿਵਸ ਗੁਰ ਜਾਏ ਨਿਹਰਤੇ। ਕਿਉਂ ਖਾਸ ਦਿਹਾੜਿਆਂ ਤੇ ਜੋੜ ਮੇਲਿਆਂ ਤੇ ਗੁਰਪੁਰਬਾਂ ਤੇ ਦਰਸ਼ਨ ਕਰਦੇ ਆ। ਖਰਚ ਵੱਡੋ ਘਰ ਆਮਦ ਥੋਰੀ। ਹੁਣ ਸੁਣੋ, ਖਰਚ ਵੱਧ ਗਿਆ, ਲੰਗਰ ਬਹੁਤਾ ਹੋਣ ਲੱਗ ਪਿਆ, ਆਮਦਨ ਥੋੜੀ ਸੀ। ਯਾਂ ਤੇ ਕੱਢਿਓ ਕਰਜ਼ ਧਨ ਔਰੀ। ਹੁਣ ਲੰਗਰ ਕਿਵੇਂ ਚਲਾਈਏ, ਸੰਗਤ ਬੜੀ ਆਉਣ ਲੱਗ ਗਈ, ਫਿਰ ਕਰਜ਼ਾ ਚੁੱਕ ਲਿਆ, ਕਰਜ਼ਾ ਚੁੱਕ ਕੇ ਸੇਵਾ ਕਰਨ ਲੱਗ ਪਏ ਜਿੰਨੀ ਹੋਈ। ਇੱਕ ਦਿਨ ਬਹੁਤ ਸੰਗਤ ਚੱਲ ਆਈ। ਇੱਕ ਦਿਨ ਬਹੁਤੀ ਸੰਗਤ, ਸੰਗਤ ਫੁੱਲਾਂ ਦੀ ਫੁਲਵਾੜੀ ਕੋਲ ਹੀ ਭੌਰੇ ਨੇ ਆਉਣਾ, ਜਿੱਥੇ ਫੁਲਵਾੜੀ ਨੇ ਭੌਰੇ ਨੇ ਆ ਕੇ ਲੈਣਾ ਕੀ ਆ, ਉੱਥੇ ਉੱਥੇ ਨਹੀਂ ਭੌਰੇ ਆਉਂਦੇ, ਜਿੱਥੇ ਸੇਵਾ ਹੋਊਗੀ ਉੱਥੇ ਸੰਗਤ ਆਏਗੀ। ਇਉਂ ਸਾਧ ਸੰਗਤ ਜੀ, ਸੰਗਤ ਬਹੁਤ ਆ ਗਈ ਘਰ ਵਿੱਚ, ਸੇਵਕ ਗੁਰੂ ਘਰ ਦੇ ਪ੍ਰੇਮੀ ਜਾਣ ਕੇ। ਮੈਂ ਕੁਛ ਘਰ ਮੈਂ ਦੇ ਜੋ ਖਵਾਈ। ਕਈ ਵਾਰੀ ਗੁਰੂ ਸਾਹਿਬ ਵੀ ਕਲਾ ਵਰਤਾ ਦਿੰਦੇ, ਉਹਨਾਂ ਦੀ ਵਿਖੇਡ ਹੁੰਦੀ ਹੈ ਕਿ ਸਿੱਖ ਦਾ ਸਿਦਕ ਵੇਖਣਾ ਕਿ ਕਿੰਨਾ ਕੁ ਪੱਕਾ ਹੈ, ਡੋਲ ਤਾਂ ਨਹੀਂ ਜਾਂਦਾ। ਸੋ ਇਉਂ ਜਦੋਂ ਸੰਗਤ ਆ ਗਈ ਨਾ ਘਰ ਦੇ ਵਿੱਚ, ਬਹੁਤ ਸੰਗਤ ਨੂੰ ਛਕਾਉਣ ਵਾਸਤੇ ਕੋਈ ਘਰ ਵਿੱਚ ਰਾਸ਼ਨ ਨਹੀਂ ਸੀ, ਘਰ ਵਿੱਚੋਂ ਜਿਹੜਾ ਕਰਜ਼ਾ ਚੁੱਕਿਆ ਉਹ ਵੀ ਲੱਗ ਗਿਆ, ਤੋ ਸੰਗਤ ਦੀ ਸੇਵਾ ਵਾਸਤੇ ਕੁਝ ਵੀ ਨਾ ਬਚਿਆ। ਕਰਜ਼ ਬਨਕ ਨੇ ਜਬ ਬਾਣੀਏ ਕੋਲੇ ਗਏ, ਬਾਣੀਏ ਸੂਮ ਹੁੰਦੇ ਆ, ਮਾਇਆ ਦੇ ਪੁੱਤ ਹੁੰਦੇ ਆ, ਤੇ ਬਾਣੀਏ ਤੋਂ ਕਰਜ਼ਾ ਮੰਗਿਆ, ਬਾਣੀਏ ਨੇ ਕਰਜ਼ਾ ਨਾ ਦਿੱਤਾ, ਜਵਾਬ ਦਿੱਤਾ ਕਹਿੰਦਾ ਪਹਿਲਾਂ ਉਹ ਦੋ ਜਿਹੜਾ ਲੈ ਕੇ ਗਏ ਆ, ਹੋਰ ਕਿੱਥੋਂ ਦੇ ਦਿਆਂ, ਪਹਿਲਾਂ ਵੀ ਤੁਸੀਂ ਮੋੜਨਾ ਕਿ ਨਹੀਂ ਮੋੜਨਾ। ਬਾਣੀਏ ਨੇ ਸਿੱਖਾਂ ਨੂੰ ਕਰਜ਼ਾ ਦੇਣ ਤੋਂ ਨਾ ਕਰ ਦਿੱਤੀ, ਸੰਗਤ ਦੀ ਸੇਵਾ ਲਈ ਰਾਸ਼ਨ ਖਰੀਦਣਾ ਸੀ ਲੰਗਰ ਵਾਸਤੇ, ਤੇ ਜੇ ਕਰਜ਼ਾ ਦਿੰਦਾ ਤਾਂ ਹੀ ਖਰੀਦਣਾ ਸੀ, ਕਰਜ਼ਾ ਦੇਣ ਤੋਂ ਨਾ ਕਰ ਦਿੱਤੀ ਹੈ। ਭੁੱਖਣ ਤਰੀਕੇ ਜਬ ਕੁਸ਼ਕ ਘਰ ਵਾਲੀ ਦੇ ਗਹਿਣੇ ਸਨ, ਭਾਈ ਦੁਰਗੇ ਦੇ ਘਰ ਵਿੱਚ ਉਹ ਜਿਹੜੇ ਘਰ ਦੇ ਵਿੱਚ ਗਹਿਣੇ ਸਨ ਥੋੜੇ ਬਹੁਤੇ, ਵੇਚ ਤਾਹੇ ਕੋ ਅਸਨ ਬਨਾਵਾ। ਇਹ ਸਿੱਖਾਂ ਦੀ ਕਰਨੀ ਸੀ,
ਇਹ ਭਰੋਸਾ ਸੀ। ਧੰਨ ਉਹ ਸਿੱਖ ਉਹਨਾਂ ਦੀ ਕਮਾਈ ਉਹਨਾਂ ਦੇ ਤਪ ਕਰਕੇ ਆਪਾਂ ਤੁਰੇ ਫਿਰਦੇ ਹਾਂ ਸੰਗਤ ਜੀ, ਇਹ ਭਾਵਨਾ ਸੀ। ਘਰ ਵਾਲੀਆਂ ਦੇ ਦੋਨਾਂ ਸਿੱਖਾਂ ਨੇ ਗਹਿਣੇ ਵੇਚ ਕੇ ਨਾ, ਜਿਹੜੇ ਗਹਿਣੇ ਸਨ ਪਏ ਉਹ ਗਹਿਣੇ ਵੇਚ ਕੇ ਸੰਗਤ ਦਾ ਲੰਗਰ ਤਿਆਰ ਕਰਕੇ ਸੰਗਤ ਨੂੰ ਲੰਗਰ ਛਕਾਇਆ, ਉਹਦਾ ਭੋਜਨ ਲਿਆਂਦਾ ਤੇ ਲੰਗਰ ਬਣਾਇਆ। ਸਭ ਸੰਗਤ ਕੋ ਘਰ ਅਚਵਾਵਾ, ਸਾਰੀ ਸੰਗਤ ਨੂੰ ਘਰ ਵਿੱਚ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਇੱਕ ਟਾਈਮ ਦਾ ਛਕਾਇਆ। ਅਗਲੇ ਦਿਵਸ ਹੇਤ ਨਹਿ ਰਹੇ ਹੋ, ਸੰਗਤ ਨੇ ਕੀਰਤਨ ਕਰਨਾ ਸ਼ੁਰੂ ਕਰਤਾ, ਦੀਵਾਨ ਲੱਗ ਗਿਆ। ਅਗਲੇ ਦਿਨ ਵਾਲਾ ਰਿਹਾ ਹੀ ਨਾ ਕੋਲੇ, ਇੱਕ ਦਿਨ ਤਾਂ ਛਕਾਤਾ। ਗੁਰਸਿੱਖ ਕਦੋਂ ਇਹ ਕਹੇਗਾ ਵੀ ਗੁਰੂ ਕੀ ਸੰਗਤ ਮੇਰੇ ਘਰ ਚੋਂ ਚਲੀ ਜਾਏ। ਸੰਗਤ ਨੇ ਕੀਰਤਨ ਸ਼ੁਰੂ ਕਰ ਦਿੱਤਾ ਤੇ ਇਉਂ ਦੂਜੇ ਦਿਨ ਭਾਈ ਲੰਗਰ ਛਕਾਉਣ ਵਾਸਤੇ ਧਨ ਪਦਾਰਥ ਨਾ ਕੋਲੇ ਰਿਹਾ। ਨਹਿ ਉਰ ਡੋਲੇ ਧੀਰਜ ਲਹੇ, ਆਖੋ ਭਾਈ ਵਾਹਿਗੁਰੂ, ਡੋਲੇ ਨੀ, ਘਬਰਾਏ ਨੀ, ਭਰੋਸਾ ਰੱਖਿਆ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ, ਧੀਰਜ ਰੱਖਿਆ, ਸ਼ਾਂਤੀ ਰੱਖੀ। ਜਿਹੜੇ ਖਿੜੇ ਮੱਥੇ ਸੰਗਤ ਆਈ ਸੀ ਉਸੇ ਖਿੜੇ ਮੱਥੇ ਸੰਗਤ ਦੀ ਸੇਵਾ ਵਿੱਚ ਲੱਗੇ ਹੋਏ, ਸਭ ਦਾ ਸਤਿਕਾਰ ਕਰ ਰਹੇ ਹਨ, ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇ ਰਹੇ ਕਿ ਸਾਡੇ ਕੋਲੇ ਧਨ ਮੁੱਕ ਗਿਆ ਹੈ। ਲਹਿਰ ਭੂਮਿਕਾ ਜਬ ਹੀ ਗਏ, ਹੁਣ ਘਰੋਂ ਬਾਹਰ ਚਲੇ ਗਏ। ਹੁਣ ਜਿਹੜੀ ਜ਼ਮੀਨ ਸੀ ਨਾ ਜਿੱਥੇ ਗਏ ਆਪਣੇ ਖੇਤ ਵਿੱਚ, ਦੋਨੇ ਭਰਾ ਜਾ ਕੇ ਗੁਰਸਿੱਖ ਹੈ, ਸੰਬੰਧੀ ਆਪਸ ਵਿੱਚ ਪਿਆਰ ਹੈ ਇਹਨਾਂ ਦਾ, ਸਿੱਖਾਂ ਦਾ ਸਿੱਖੀ ਨਾਤੇ ਪਿਆਰ ਹੈ, ਗੁਰਸਿੱਖ ਇੱਕ ਦੂਜੇ ਦੇ ਭਰਾ ਹਨ। ਦੋਨੇ ਬੈਠੇ ਆਪਣੇ ਖੂਹ ਦੇ ਉੱਤੇ ਤੇ ਉਹ ਮਿੱਟੀ ਜੀ ਪੁੱਟੀ ਜਾਂਦੇ ਆ, ਸੋਚੀ ਜਾਂਦੇ ਆ। ਜਿਵੇਂ ਬੰਦਾ ਨਾ ਜਦੋਂ ਸੋਚਾਂ ਦੇ ਵਿੱਚ ਹੋਵੇ ਉਹ ਕਈ ਵਾਰੀ ਹੱਥ ਮਾਰਨ ਲੱਗ ਜਾਂਦਾ, ਮਿੱਟੀ ਪੁੱਟੀ ਜਾਂਦੇ ਆ ਤੇ ਸੋਚੀ ਪਏ ਹੋਏ ਹੈ ਵੀ ਲੰਗਰ ਲਈ ਰਸਤ ਕਿੱਥੋਂ ਲਿਆਈਏ, ਨਾ ਪੈਸਾ ਨਾ ਅੰਨ ਹੈ। ਕਰਸੋਂ ਥਾਨ ਖਨਿਓ ਲਖ ਲਇਓ, ਜਦੋਂ ਹੱਥਾਂ ਨਾਲ ਕਾਫੀ ਉਹ ਧਰਤੀ ਰੇਤਲੀ ਸੀ, ਕਾਫੀ ਡੂੰਘੀ ਪੁੱਟੀ ਗਏ, ਹੱਥ ਮਾਰੀ ਗਏ, ਥੱਲਿਓ ਉਹ ਸਲਾਬਾ ਜਿਹਾ ਸੀ ਥਾਂ ਤੇ ਬੈਠੇ ਹੈ। ਇਸ ਤਰ੍ਹਾਂ ਦੀ ਕਿਰਿਆ, ਉਹ ਕਿਰਿਆ ਕੌਣ ਕਰਾ ਰਿਹਾ ਨਾ, ਤੂੰ ਗੁਰੂ ਅਰਜਨ ਦੇਵ ਜੀ ਕਰਾ ਰਹੇ ਹੈ ਪ੍ਰੇਰਨਾ ਦੇ ਕੇ। ਮਹਾਰਾਜ ਨੇ ਲਾ ਤਾ ਅੰਦਰੋਂ ਐਂ ਪ੍ਰੇਰਨਾ ਦਿੰਦਾ ਪਰਮੇਸ਼ਰ, ਗੁਰੂ ਐਂ ਕਰਾਉਂਦਾ ਕੌਤਕ। ਇਉਂ ਬੈਠੇ ਉਹ ਕਰੀ ਜਾਂਦੇ ਆ, ਮਿੱਟੀ ਨੂੰ ਪਾਸੇ ਕਰੀ ਜਾਂਦੇ ਹਨ ਹੱਥਾਂ ਨਾਲ। ਇੱਕ ਬਾਸਨ ਦੀ ਨਾਰਨ ਭਰਿਓ, ਆਖੋ ਭਾਈ ਵਾਹਿਗੁਰੂ, ਇੱਕ ਬਰਤਨ ਸੋਨੇ ਦੀਆਂ ਮੋਹਰਾਂ ਦਾ ਭਰਿਆ ਹੋਇਆ। ਤਹਿਨ ਕਾਸ ਕਰ ਲਿਆਵਨ ਕਰਿਓ, ਉਦੋਂ ਉੱਤੋਂ ਚੱਪਣ ਚੱਕਿਆ ਮੋਹਰਾਂ ਦਾ ਭਰਿਆ। ਇਹ ਗੁਰੂ ਦੀ ਬਰਕਤ ਹੁੰਦੀ, ਇਹ ਸੰਗਤ ਦੀ ਸੇਵਾ ਦਾ ਫਲ ਹੈ, ਗੁਰੂ ਤੇ ਭਰੋਸੇ ਦਾ ਫਲ ਹੈ, ਇਹ ਵਿਸ਼ਵਾਸ ਹੈ, ਵਿਸ਼ਵਾਸ ਨੇ ਗੱਲ ਬਣਾਉਣੀ ਹੈ। ਉਹ ਭਰਿਆ ਬਰਤਨ ਮੋਹਰਾਂ ਦਾ ਚੱਕਿਆ ਤੇ ਘਰੇ ਲੈ ਕੇ ਆਏ। ਕਰਜ ਉਤਾਰ ਭੁੱਖਨ ਸਾਰੇ, ਬਾਣੀਆਂ ਕੋਲੇ ਗਏ, ਪਹਿਲਾਂ ਤਾਂ ਉਹਦਾ ਕਰਜ਼ਾ ਲਾਇਆ। ਐਂ ਗੁਰੂ ਕਰਜ਼ੇ ਲਾਉਂਦਾ ਸੇਵਾ ਵਾਲਿਆਂ ਦੇ, ਐਂ ਕਰ ਦਿੰਦਾ ਐਨ ਸਫਾਈਆਂ ਇੱਕੋ ਵਾਰੀ, ਭਰੋਸਾ ਨਾ ਡੋਲੇ, ਕਰਜ਼ਾ ਸਾਰਾ ਉਤਾਰਿਆ। ਪਹਿਲਾਂ ਤਾਂ ਪਹਿਲੇ ਬਾਣੀਆਂ ਦਾ, ਦੂਜਾ ਜਿਹਦੇ ਕੋਲੇ ਗਹਿਣੇ ਰੱਖੇ ਸੀ ਉਹਦਾ ਧਨ ਦੇ ਕੇ ਗਹਿਣੇ ਛਡਾਏ। ਕਰਵਾਏ ਸ਼ੁਭ ਕਰਤ ਆਹਾਰੇ, ਘਰ ਵਾਲੀ ਦੇ ਵੀ ਗਹਿਣੇ ਕਢਾ ਤੇ ਹੋਰ ਨਵੇਂ, ਤੇ ਬੜਾ ਕੀਮਤੀ
ਰਾਸ਼ਨ ਲੈ ਕੇ ਆਏ, ਸੰਗਤ ਨੂੰ ਬੜੇ ਪਕਵਾਨ ਬਣਾ ਬਣਾ ਕੇ ਪ੍ਰੇਮ ਨਾਲ ਭੋਜਨ ਲੰਗਰ ਪੱਕਾ ਭੰਡਾਰਾ ਛਕਾਇਆ। ਭਇਓ ਦਰਬ ਪ੍ਰਭ ਨੇ ਇਮ ਜਾਨਾ, ਇਉਂ ਹੀ ਜਾਣਦੇ ਆ ਵੀ ਇਹ ਗੁਰੂ ਅਰਜਨ ਦੇਵ ਜੀ ਪਰਮੇਸ਼ਰ ਸਤਿਗੁਰਾਂ ਨੇ ਧਨ ਭੇਜਿਆ, ਸਾਡੇ ਕੋਲੇ ਨਹੀਂ ਸੀ ਕੋਈ ਸਮਰੱਥਾ, ਸਾਨੂੰ ਕੀ ਪਤਾ ਵੀ ਸਾਡੇ ਖੇਤਾਂ 'ਚ ਧਨ ਹੈ, ਤਾਂ ਮਹਾਰਾਜ ਨੇ ਭੇਜਿਆ। ਲਖਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਸੇਵਾ ਦਾ ਫਲ ਹੈ ਸੰਗਤ ਜੀ। ਇਉਂ ਜਾਣਿਆ ਕਿ ਧਨ ਪ੍ਰਭੂ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਸਾਹਿਬ ਨੇ ਦਿੱਤਾ ਹੈ ਸੇਵਾ ਵਾਸਤੇ। ਵਸਤਰ ਆਹਾਰ ਦੀਨ ਗਨ ਦਾਨਾ, ਸੰਗਤ ਨੂੰ ਸਾਰੀ ਨੂੰ ਵਸਤਰ ਬਣਾ ਕੇ ਦਿੱਤੇ, ਜਿੰਨੀ ਵੀ ਆਈ ਸਾਰਿਆਂ ਨੂੰ ਪਕਵਾਨ ਬਣਾ ਬਣਾ ਕੇ ਲੰਗਰ ਪੱਕਾ ਭੰਡਾਰਾ ਮਠਿਆਈਆਂ ਵਾਲਾ ਛਕਾਇਆ। ਗੁਰਬਾਣੀ ਪਟ ਭਗਤ ਕਰਨ ਤੇ, ਗੁਰਬਾਣੀ ਪੜ੍ਹਦੇ ਆ ਭਗਤੀ ਕਰਦੇ ਆ ਮਨ ਹੋਰ ਜੁੜ ਗਿਆ। ਜਦੋਂ ਗੁਰੂ ਦਾ ਕੋਈ ਕ੍ਰਿਸ਼ਮਾ ਸਿੱਖ ਦੇਖਦਾ ਨਾ ਘਰ ਵਿੱਚ, ਤਾਂ ਸਿੱਖ ਦੇ ਅੰਦਰ ਹੋਰ ਭਰੋਸਾ ਵਧਣਾ ਚਾਹੀਦਾ, ਡੋਲਣਾ ਨਹੀਂ ਚਾਹੀਦਾ, ਗੁਰੂ ਦੇ ਉੱਤੇ ਭਰੋਸਾ ਹੋਰ ਵਧਣਾ ਚਾਹੀਦਾ, ਵਿਸ਼ਵਾਸ ਹੋਰ ਬਣੇ, ਡੋਲੇ ਨਾ ਕਦੇ ਵਾਸਤੇ, ਪਿੱਛੇ ਨਾ ਹਟੇ, ਹੋਰ ਮਨ ਵਿੱਚ ਪ੍ਰੇਮ। ਇਉਂ ਫਿਰ ਬਹੁਤ ਗੁਰਬਾਣੀ ਪੜ੍ਹਦੇ ਆ ਭਗਤੀ ਕਰਦੇ ਆ। ਸ੍ਰੀ ਅਰਜਨ ਕੋ ਆਏ ਦਿਖਣ ਤੇ, ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ ਦਰਸ਼ਨ ਕਰਨ ਵਾਸਤੇ। ਸਤਿਗੁਰ ਨੇ ਧੰਨ ਬਿਰਤਾਂਤ, ਸਤਿਗੁਰਾਂ ਨੇ ਪੁੱਛਿਆ ਆਪਣੇ ਆਪ ਕਿ ਭਾਈ ਦੱਸੋ ਸੇਵਾ ਕਿਵੇਂ ਚੱਲਦੀ ਹੈ। ਸਾਰਾ ਬਿਰਤਾਂਤ ਇਹਨਾਂ ਨੇ ਗੁਰੂ ਸਾਹਿਬ ਨੂੰ ਸੁਣਾਇਆ। ਫਿਰ ਆਪਣੀ ਰਸਨਾ ਤੋਂ ਹੱਥ ਜੋੜ ਕੇ ਚਰਨਾਂ ਵਿੱਚ ਖੜੇ ਹੋ ਕੇ ਭਜਨ ਕਰਿਓ ਜੋ ਪੰਡਤ ਖਾਤ, ਮਹਾਰਾਜ ਜਿਵੇਂ ਹਰ ਜੋਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆਂਤ ਲਏ ਛਡਾਇਆ। ਮਹਾਰਾਜ ਜਿਵੇਂ ਉਹਨਾਂ ਦੀ ਰੱਖਿਆ ਕੀਤੀ ਸਾਡੀ ਵੀ ਰੱਖਿਆ ਕੀਤੀ। ਜਦੋਂ ਸਾਰਾ ਬਿਰਤਾਂਤ ਸੁਣਿਆ ਨਾ, ਮਹਾਰਾਜ ਕਹਿੰਦੇ ਭਾਈ ਜਿਹੜਾ ਵੰਡ ਕੇ ਛਕਦਾ ਹੈ ਸਿੱਖ, ਵਾਹਿਗੁਰੂ ਤਿਸ ਥੁੜਨ ਨਾ ਦੇਤ, ਵਾਹਿਗੁਰੂ ਉਹਨਾਂ ਦੇ ਘਰ ਵਿੱਚ ਕੋਈ ਪਦਾਰਥ ਥੁੜਨ ਨਹੀਂ ਦਿੰਦਾ, ਉਹਨਾਂ ਦੇ ਘਰ ਵਿੱਚੋਂ ਪਦਾਰਥ ਅਤੇ ਦਾਤਾਂ ਧੰਨ ਨਹੀਂ ਕਦੇ ਮੁੱਕਦਾ ਹੈ ਕਦੇ ਵਾਸਤੇ ਵੀ। ਸਰਬ ਪਦਾਰਥ ਹੋਤ ਨਿਕੇਤ, ਵੰਡ ਕੇ ਛਕਣ ਵਾਲਿਆਂ ਦੇ ਘਰ ਵਿੱਚ ਸਾਰੇ ਪਦਾਰਥ ਭਰੇ ਰਹਿੰਦੇ ਹੈ, ਐਨ ਲਬਾ ਲਬ ਉਹਨਾਂ ਨੂੰ ਕੋਈ ਕਮੀ ਨਹੀਂ, ਮੇਰਾ ਵਾਹਿਗੁਰੂ ਰਹਿਣ ਦਿੰਦਾ। ਆਖੋ ਭਾਈ ਵਾਹਿਗੁਰੂ ਤਿਚਰ ਮੂਲਾਂ ਥੁੜੀਂਦੋ, ਜਿਚਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਉਹਨਾਂ ਦੇ ਘਰ ਵਿੱਚ ਕੋਈ ਥੁੜ ਨਹੀਂ ਪੈਂਦੀ ਕਿਸੇ ਵੀ ਪਦਾਰਥ ਦੀ। ਸਤਨਾਮ ਸਿਮਰਤ ਗਤ ਪਾਈ, ਮਹਾਰਾਜ ਦਾ ਸਿਮਰਨ ਕਰਕੇ ਮੁਕਤੀ ਪ੍ਰਾਪਤ ਕੀਤੀ, ਸੇਵਾ ਕਰਕੇ ਸਾਰੇ ਸੁੱਖ ਮਾਣ ਲਏ। ਇਉਂ ਮਹਾਰਾਜ ਜੀ ਨੇ ਲੋਕ ਪ੍ਰਲੋਕ ਹੀ ਇਹਨਾਂ ਦਾ ਸਵਾਰ ਦਿੱਤਾ ਹੈ। ਸਮੇਂ ਗੁਰ ਭਏ ਸਹਾਈ, ਅੰਤ ਨੂੰ ਸਤਿਗੁਰੂ ਜੀ ਨੇ ਇਹਨਾਂ ਦੀ ਸਹਾਇਤਾ ਕੀਤੀ, ਰੱਖਿਆ ਕੀਤੀ, ਭਾਵ ਮੁਕਤੀ ਦਾ ਦਾਨ ਬਖਸ਼ਿਆ। ਸੰਗਤ ਜੀ ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਸਮਾਗਮਾਂ ਦੀ ਲੜੀ ਚੱਲੇਗੀ। ਤੁਸੀਂ 1 ਜੂਨ ਤੋਂ ਲੈ ਕੇ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦੇਣੀਆਂ। 6 ਜੂਨ ਨੂੰ ਵੱਡੀ ਗਿਣਤੀ ਵਿੱਚ ਮਹਾਂਪੁਰਖਾਂ ਨੂੰ, ਆਪਣੇ ਸ਼ਹੀਦਾਂ ਨੂੰ ਆਪਾਂ ਸ਼ਰਧਾ ਦੀ ਭੇਂਟ
ਆਪਣੇ ਵੱਲੋਂ ਪੂਰਨ ਯਤਨ ਕਰਕੇ ਉਹਨਾਂ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਭੇਟਾ ਕਰਨੀ ਹੈ। ਇਹ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ। ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ। ਮਹਾਂਪੁਰਖ ਸੰਤ ਬਾਬਾ ਗੁਰਭੇਟ ਸਿੰਘ ਜੀ, ਬੁਲਾਰੇ ਸੰਤ ਸਮਾਜ, ਜਿਨ੍ਹਾਂ ਨੇ ਇਹ ਸਾਰੇ ਸਮਾਗਮ ਆਪ ਉੱਦਮ ਕਰਕੇ ਉਲੀਕੇ, ਸਾਰੀਆਂ ਸੰਗਤਾਂ ਨੂੰ ਪ੍ਰੇਰਨਾ ਦਿੱਤੀ। ਮੈਂ ਉਹਨਾਂ ਮਹਾਂਪੁਰਖਾਂ ਦਾ ਵੀ ਜੋ ਸਾਡੇ ਨਾਲ ਹਮੇਸ਼ਾ ਹੀ ਬਹੁਤ ਜਥੇਬੰਦੀ ਦਾ ਹਰ ਪੱਖ ਤੋਂ ਸਹਿਯੋਗ ਦਿੰਦੇ ਹੈ, ਮੈਂ ਬਾਬਾ ਜੀ ਦਾ ਵੀ, ਆਏ ਮਹਾਂਪੁਰਖ ਸੰਤ ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਸੁਖਵੰਤ ਸਿੰਘ ਜੀ ਚੰਨਣਕਿਆਂ ਵਾਲੇ, ਬਾਬਾ ਗੁਰਦੀਪ ਸਿੰਘ ਜੀ, ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲਿਆਂ ਵੱਲੋਂ ਸਿੰਘ ਆਏ ਹੈ। ਇਸੇ ਤਰ੍ਹਾਂ ਭਾਈ ਪ੍ਰਗਟ ਸਿੰਘ ਜੀ ਸਾਡੇ ਪਾਸ ਪਹੁੰਚੇ ਆ, ਭਾਈ ਸਵਰਨ ਸਿੰਘ ਜੀ ਕੁਲਾਰਿਆਂ, ਸਰਦਾਰ ਅਮਰੀਕ ਸਿੰਘ ਜੀ ਬਿੱਟਾ, ਇਸੇ ਤਰ੍ਹਾਂ ਕਨੇਡਾ ਤੋਂ ਭਾਈ ਹੀਰਾ ਸਿੰਘ ਜੀ, ਅਮੈਰੀਕਾ ਤੋਂ ਭਾਈ ਕਸ਼ਮੀਰ ਸਿੰਘ ਜੀ, ਹੋਰ ਵੀ ਬੇਅੰਤ ਸੰਗਤਾਂ ਆਈਆਂ, ਸਭ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਹੈ। ਸੰਤ ਬਾਬਾ ਨਵਤੇਜ ਸਿੰਘ ਜੀ ਚੇਲਿਆਣਾ ਸਾਹਿਬ, ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਜੰਡਿਆਲੇ ਤੋਂ ਸਾਡੇ ਪਾਸ ਸੰਤ ਬਾਬਾ ਸੁੱਖਾ ਸਿੰਘ ਜੀ ਪਹੁੰਚੇ ਹੈ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਆਓ ਹੁਣ ਅਰਦਾਸ ਵਿੱਚ ਜੁੜੀਏ, ਉਸ ਤੋਂ ਉਪਰੰਤ ਸ੍ਰੀ ਮੁਖਵਾਕ ਹੋਏਗਾ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਸਮਾਗਮਾਂ ਲਈ। ਜਿੱਥੇ ਜਿੱਥੇ ਅੱਗੇ ਪ੍ਰੋਗਰਾਮ ਬਣੇ ਆ, ਉਹਨਾਂ ਵਿੱਚ ਤੁਸੀਂ ਸਾਰੇ ਰੋਜ਼ਾਨਾ ਯਤਨ ਕਰਿਆ ਕਰੋ, ਸਾਰੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਿਆ ਕਰੋ। ਇਹ ਸਾਧ ਸੰਗਤ ਜੀ, ਇਹੋ ਜਿਹਾ ਸਮਾਂ ਵਾਰ ਵਾਰ ਨਹੀਂ ਜੀਵਨ ਵਿੱਚ ਮਿਲਦਾ। ਇਹ ਸ਼ਹੀਦਾਂ ਦੀ ਯਾਦ ਹੈ। ਆਪਾਂ ਵੱਧ ਚੜ੍ਹ ਕੇ ਅਗਲੇ ਸਮਾਗਮਾਂ ਵਿੱਚ ਵੀ ਇਹਨਾਂ ਪ੍ਰਸੰਗਾਂ ਵਿੱਚੋਂ ਸਤਿਗੁਰੂ ਜੀ ਦੇ ਇਹ ਮਹਾਨ ਉਪਦੇਸ਼ ਸਰਵਣ ਕਰਨੇ ਹੈ। ਵੱਧ ਚੜ੍ਹ ਕੇ ਸਾਰੀਆਂ ਸੰਗਤਾਂ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਜਿੱਥੇ ਜਿੱਥੇ ਸਮਾਗਮ ਹੋ ਰਹੇ ਹੈ, ਵੱਧ ਚੜ੍ਹ ਕੇ ਹਾਜ਼ਰੀਆਂ ਭਰਿਆ ਕਰੋ। ਪ੍ਰਿੰਸੀਪਲ ਸਾਹਿਬ ਸਰਦਾਰ ਗੁਰਦੀਪ ਸਿੰਘ ਜੀ ਸਾਰੇ ਪ੍ਰੋਗਰਾਮਾਂ ਦਾ ਨੇੜੇ ਨੇੜੇ ਜੋ ਵੀ ਹਨ ਸਾਰਾ ਆਪ ਜੀ ਨੂੰ ਵੇਰਵਾ ਦੇਣਗੇ। ਫਿਰ ਮਹਾਰਾਜ ਸਾਹਿਬ ਦਾ ਸੁਖਾਸਨ ਹੋਏਗਾ, ਫਿਰ ਸੰਗਤਾਂ ਨੇ ਜਲ ਪਾਣੀ ਲੰਗਰ ਛੱਕ ਕੇ ਫਿਰ ਸਾਰਿਆਂ ਨੇ ਜਾਣਾ ਹੈ। ਇਹ ਬੇਨਤੀ ਪ੍ਰਵਾਨ ਕਰਨੀ। ਭਾਈ ਸਾਹਿਬ ਭਾਈ ਹਰਸ਼ਦੀਪ ਸਿੰਘ ਜੀ, ਡਾਕਟਰ ਅਵਤਾਰ ਸਿੰਘ ਜੀ ਬੁੱਟਰ, ਇਹ ਸਾਰੇ ਸਿੰਘ ਅੱਗੇ ਹੋ ਕੇ ਸੇਵਾ ਕਰ ਰਹੇ ਹੈ, ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸਤਨਾਮ ਸੁਮਰਤ ਗਤ ਪਾਈ, ਅੰਤ ਸਮੇਂ ਗੁਰ ਭਏ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ